ਲਾ ਕੁੜੇ ਕਿੱਡੀ ਵੱਧ ਕੇ ਰੱਬ ਨੇ ਧੁੱਪ ਜੀ ਕੱਢ ਲਈ ਪਰ ਆਇਆਂ ਵੀ ਗੜਿਆਂ ਨੇ ਨਾ ਠੰਡ ਜੀ ਕਰਤੀ ਹੁਣ ਦਵਾਰੇ ਵਧੀਆ ਦਿਨ ਜੇ ਲੱਗਣ ਲੱਗੇ ਸੀਗੇ ਹੋਰ ਚੱਲ ਵੱਧ ਕੇ ਧੁੱਪ ਸੇਕ ਲੂੰਗੀ ਭੈਣ ਵੀ ਪਤਾ ਨਹੀਂ ਕੀ ਕਰਦੀ ਫਿਰਦੀ ਹੈਗੀ ਉਧਰ ਨੌਂ ਜਿੰਨੂ ਜੀ ਹੋਊਗੀ ਚੱਲ ਹੋਰ ਲਾ ਕੁੜੇ ਦੇਖ ਕਿੱਡੇ ਮਹਿੰਗੇ ਗੰਡੇ ਆ ਲੈ ਭੂ ਮੈਂ ਮਰ ਜਾ ਲੱਗਾ ਜਾੜਾਂ ਵੱਟ ਕੇ ਆ ਸੱਟ ਰੱਖਾਂਗਾ ਤੇ ਆ ਐਡੇ ਮਹਿੰਗੇ ਗੰਡੇ ਆ ਲੱਗਾ ਗੰਡੇ ਤਾਂ ਪਾਲੇ ਨਹੀਂ ਥਿਉ ਲੱਗੇ ਨਾ ਕਿ ਮੈਂ ਸੱਟੇ ਆਗੇ ਨੋਖਰਿਆ ਕੋਰੀ ਨੇ ਆਈਆਂ ਬਸ ਅੱਜ ਕੱਲ ਕਿਹੜੀ ਹੈਗੀ ਆ ਬਹੁ ਮੇਰੇ ਤਾਂ ਭੋਰਾ ਪਸੰਦ ਨਹੀਂ ਇਹਦੀਆਂ ਗੱਲਾਂ 나 ਮੇਰੇ ਹੀ ਪਸੰਦਾ ਕੀ ਹਲ ਹਲ ਕਰਦੀ ਫਿਰਦੀ ਆ ਲੈ ਹੋਰ ਕੰਮ ਹੀ ਨਹੀਂ ਨਿਮੜਾ ਹਜੇ ਸਾਰਾ ਕੰਮ ਪਿਆਗਾ ਲਪਾਂਡਾਂ ਦਾ ਹੋ ਟੇਰ ਲਾਇਆ ਪਿਆਗਾ ਚਾਹ ਵਾਲੇ ਵਿੱਚੇ ਰੋਟੀ ਵਾਲੇ ਰਾਤ ਮੈਂ ਤਲਾ ਦਾ ਛੱਡ ਕੇ ਆ ਹੀ ਪਾਈਗੀ ਚਲ ਮੈਂ ਉਹਨੂੰ ਬੋਲ ਮਾਰਦੀ ਆਂਗੀ ਨਾ ਹਜੇ 10 ਵਜੇ ਰੋਟੀ ਰੋਟੀ ਦਾ ਨਾਂ ਲਿਆਗਾ ਰੋਟੀ ਵੀ ਨਹੀਂ ਬਣਾਈ ਇਹਨੇ ਤਾਂ ਮੈਨੂੰ ਤਾਂ ਬਲਾਈ ਭੁੱਖ ਲੱਗੀ ਪੇ ਰਾਤ ਵੀ ਲੈਣਾ ਉਹ ਰੋਟੀ ਜੀ ਫੜਾਤੀ ਸੁੱਕੀ ਗਿੱਲੀ ਜੀ ਮੈਂ ਇਹ ਜੀ ਕਿੱਥੇ ਕਾਨੀ ਹੁੰਨੀ ਆਗੀ ਮੈਂ ਤਾਂ ਘਰੇ ਘਰੇ ਨਹੀਂ ਖਾਦੀਗੀ ਕਿਦੈਸ ਰੋਟਾ ਰੋਟੀ ਜਿਹੜੇ ਲੋਟੇ ਨੇ ਰਾਤ ਫੜਾਈ ਆਗੀ ਹੁਣ ਮੈਂ ਕਹੂੰਗੀ ਵੀ ਭਾਈ ਕੋਈ ਚੀਜ਼ ਬਣਾ ਨਾਲ ਰੋਟੀ ਦੇ ਹੂੰ ਬਸ ਕੱਲੀ ਹੱਲ ਹੱਲ ਕਰਦੀ ਤਰੀ ਫਿਰਦੀ ਆ ਨਾ ਕੋ ਕੰਮ ਦੀ ਨਾ ਧੰਦੇ ਦੀ ਆ ਹੁਣ ਲੋ ਹੋ ਦੂਰ ਦੂਰ ਫਿਰਦੀ ਆ ਵੀ ਮੈਨੂੰ ਮਾਸੀ ਨਾ ਬੋਲ ਮਾਰ ਲੈ ਝਾਕ ਲੈਂਦੀ ਆ ਪਰ ਅਨੂੰ ਮੂੰਹ ਕਰ ਲੈਂਦੀ ਝਾਕ ਲੈਂਦੀ ਆ ਪਰ ਅਨੂੰ ਮੂੰਹ ਕਰ ਲੈਂਦੀ ਆ ਉਹਨੂੰ ਬੋਲ ਮਾਰਦੀ ਆਗੀ ਵੀ ਭਾਈ ਰੋਟੀ ਰੂਟੀ ਪਕਾ ਲਈ ਕਿ ਹਜੇ ਬਣਾਈ ਨਹੀਂ ਗੀ ਰੋਟੀ ਮੰਤਾ ਬਲਾਈ ਭੁੱਖ ਲੱਗੀ ਪਈ ਆ ਰਾਤ ਵੀ ਨਹੀਂ ਮੈਂ ਤਾਂ ਅੱਜ ਕੇ ਰੋਟੀ ਖਾਦੀਗੀ ਪਰ ਸਵਾਦ ਨਹੀਂ ਆਇਆ ਮੈਂ ਤਾਂ ਰੋਟੀ ਦਾ ਫੜਾ ਤਾਂ ਦਿੱਤੀ ਇੱਕ ਬਸ ਪਰ ਆਇਆ ਕਿ ਮੈਂ ਤਾਂ ਨਖਰੇ ਘੋਰੀਆਂ ਕਿ ਆਪਾਂ ਨਹੀਂ ਇਹ ਜੀ ਰੋਟੀ ਖਾਂਦੇ ਹੁੰਦੇਗੇ ਮੈਂ ਤਾਂ ਰੋਟੀ ਬਹੁਤ ਵਧੀਆ ਬਣਾ ਕੇ ਘਰੇ ਵੀ ਖਾਨੀ ਆ ਬੱਤਰ ਰਿਸ਼ਤੇਦਾਰੀ ਚ ਵੀ ਕਾਇਦ ਨੇ ਵੀ ਪਈ ਰੋਟੀ ਬਲਗਾ ਬਣਾਇਓ ਹੁਣ ਉਹਨੂੰ ਬੋਲ ਮਾਰ ਕੇ ਕਹਿਨੀ ਆਗੀ ਕੁੜਾ ਅਰੰਦੀਪ ਅਰੰਦੀਪ ਹਾਂਜੀ ਮਾਸੀ ਕੀ ਕਹਿੰਦੇ ਹੋ ਕੁੜਾ ਕੀ ਕਰੀ ਜਾਨੀ ਆਗੀ ਉਹ ਮੈਂ ਤਾਂ ਕਮਰੇ ਦੇ ਵਿੱਚ ਕੱਪੜੇ ਟੰਗ ਕੇ ਆਈਆਂਗੀ ਲਾ ਕੇ ਸੁੱਕੇ ਪਏ ਸੀ ਜਿਹੜੇ ਤੇਰਾ ਟੂ ਰੋਟੀ ਬਣਾਈ ਨਹੀਂ ਹਲੇ ਰੋਟੀ ਤਾਂ ਮਾਸੀ ਬਣੀ ਪਈ ਆ ਕੁੜੀ ਫਿਰ ਤੂੰ ਮੈਨੂੰ ਰੋਟੀ ਨਹੀਂ ਲੈ ਕੇ ਦਿੱਤੀ ਹੋ ਜੇ ਮੈਨੂੰ ਤਾਂ ਭੁੱਖ ਲੱਗੀ ਪਈ ਆਗੀ ਮਾਂ ਆਖਿਆ ਕਿ ਤੇ ਮਾਸੀ ਤੁਸੀਂ ਉੱਥੇ ਲੇਟ ਖਾਣੇ ਹੋ ਵੀ ਲੇਟ ਹੀ ਖਾਂਦੀ ਹੋਵੇਂਗੀ ਮਾਂ ਪਾਏ ਇਸ ਤਾਂ ਸੰਦਿਆ ਦਾ ਰੋਟੀ ਖਾਣੇ ਮਾਪ ਪੁੱਤ ਹੁੰਨੇ ਆਗੇ ਤਾਂ ਸੰਦਿਆ ਹੀ ਬਣਾ ਲੈਣੇ ਆਗੇ ਅੱਛਾ ਚਲ ਮਾਸੀ ਫਿਰ ਮੈਂ ਲਿਆ ਦਾਨੀਆਂ ਆਲੂ ਗੋਭੀ ਦੀ ਸਬਜ਼ੀ ਆ ਤੇ ਰੋਟੀ ਬਣੀ ਪਈ ਆ ਅੱਛਾ ਤਾਂ ਕੁਛ ਨਾਲ ਨਹੀਂ ਬਣਾਇਆ ਤਾਂ ਨਾਲ ਮਾਸੀ ਕੀ ਬਣਾਉਣਾ ਸੀ ਕੁੜ ਕੁ ਸੇਬਾ ਸੁਬਾ ਬਣਾ ਲੈਂਦੀ ਕੋਈ ਬਣਾ ਲੈਣ ਦੀ ਕੋਈ ਨਾਲ ਚੀਜ਼ ਮਤਕ ਦੇ ਜੇ ਰੋਟੀ ਖਾਦੀ ਨਹੀਂ ਗਈ। ਓਹੋ ਮਾਸੀ ਦੁਪਹਿਰੇ ਬਣਾ ਕੇ ਦੇ ਦੂੰਗੀ ਸੇਵੀਆਂ ਕਿਸੇ ਤੋਂ ਲਿਆ ਕੇ ਗਮਾਂਡੀਆਂ ਦੇ ਆਪਾਂ ਤਾਂ ਬਟਾਈਆਂ ਨਹੀਂ ਸੀ ਨਾ। ਅੱਛਾ ਬਟਾਂਗਾ ਨਹੀਂ ਤੁਸੀਂ ਸੇਵੀਆਂ। ਨਾ ਵੀ ਬਟਾਈਆਂ ਨਹੀਂ ਇਤਕੀ ਅਸੀਂ। ਕੋਈ ਮੈਂ ਤਾਂ ਦੇਖੂ ਸੀ ਸਾਡੇ ਢੋਲੇ 'ਚ ਪੰਗਾ ਸੀ ਸੇਵੀਆਂ। ਐਵੇਂ ਪੰਗਾ ਦਾ ਢੋਲੇ 'ਚ ਸੇਵੀਆਂ ਆ ਤੈਨੂੰ ਗਲਤ ਫਹਮੀ ਹੋ ਗਈ। ਕਿਤੇ ਤੂੰ ਆਪਦੇ ਘਰੇ ਨਾ ਦੇਖੀਆਂ ਹੋਣ ਉੱਥੇ ਭਲੇਖਾ ਪੈ ਗਿਆ ਹੋਵੇ ਤੈਨੂੰ। ਲੈ ਕੁੜੇ ਮੈਂ ਤਾਂ ਆਪ ਦੇਖੀਂਗਾ ਢੋਲੇ 'ਚ ਜੀ ਤੂੰ ਕੱਲ ਕੱਪੜੇ ਧੁੰਦੀ ਸੀਗੀ। ਲੈ ਅਕਾ ਦੇਖ ਗਾਣੇ ਨਹੀਂ ਆ ਮੈਸੇਵੀਆਂ ਮੈਂ ਝੂਠ ਥੋੜਾ ਹੀ ਬੋਲਦੀ ਆ ਜੇ ਸੇਵੀਆਂ ਹੁੰਦੀਆਂ ਪਲਾ ਮਾਸੀ ਉਹਨਾਂ ਨੂੰ ਰੱਖ ਕੇ ਕਿਹੜਾ ਉੱਲੀ ਪਾਉਣੀ ਸੀ ਸਮਾਂ ਕਿਸੇ ਦੇ ਮੂੰਹ 'ਚ ਪਾਉਂਦੀ ਆ ਮੈਂ ਤਾਂ ਬਣਾ ਕੇ ਦੇ ਦਾਂਦੀ ਨਹੀਂ ਮੈਂ ਦੇਖੂਗਾ ਕੁੜੀ ਟੋਲੇ ਜੀ ਤੂੰ ਝੂਠ ਕੇ ਬੋਲਦੀ ਏਂਗੀ ਤੂੰ ਐ ਕਹਿੰਦੀ ਵੀ ਮਾਸੀ ਮੈਂ ਥੋ ਬਣਾਇਆਂ ਨਹੀਂ ਗੰਗਾ ਸੇਵੀਆਂ ਮਾਸੀ ਪਲਾ ਝੂਠ ਬੋਲ ਕੇ ਮੈਂ ਕੀ ਲੈਣਾ ਤੇਰੇ ਤੋਂ ਵੀ ਮੈਂ ਵੀ ਖਾਣ ਵਾਲੀ ਚੀਜ਼ ਪਿੱਛੇ ਝੂਠ ਮਾਰੂਗੀ ਨਾ ਭਾਈ ਮੈਂ ਤੇ ਨੂੰ ਇੱਕ ਦੋ ਵਾਰ ਗੱਲ ਚ ਦੇਖੇਗਾ ਤੂੰ ਝੂਠ ਬੜਾ ਬੋਲਦੀ ਹੈਗੀ ਐਵੇਂ ਬੋਲਦੀ ਹੈਗੀ ਝੂਠ ਆ ਮੈਂ ਤਾਂ 1 ਰੁਪਿਆ ਦਾ ਵੀ ਝੂਠ ਨਹੀਂ ਬੋਲਦੀ ਹੈਗੀ ਮਾਸੀ ਜੀ ਐਵੇਂ ਨਾ ਤੁਸੀਂ ਮੇਰੇ ਤੇ ਤੌਮ ਤਲਾਓ ਤੌਮ ਤੇ ਲਾਓ ਐਡੀ ਛੱਤਰ ਚਲਾ ਕੇ ਨਾ ਬਣਾ ਕਰ ਤੂੰ ਸੜਕਾਂ ਚਰਨ ਚ ਲਾ ਕੇ ਮੈਂ ਫੜ ਲੈਣੀ ਹੁੰਨੀ ਹੈਗੀ ਚਲ ਤੂੰ ਮੇਰੀਆਂ ਚਲਾਕੀਆਂ ਤਾਂ ਫੜ ਲੈਣੀਆਂ ਮੇਰੀ ਗੱਲ ਸੁਣਾ ਆ ਹੁਣ ਸੇਵੀਆਂ ਪਿੱਛੇ ਤੂੰ ਕਾਦੇ ਵਾਸਤੇ ਲੜਾਈ ਪਈ ਆ ਤੂੰ ਰੋਟੀ ਖਾ ਲੈ ਨਾਲੇ ਆੜਗ ਮਾੜਕੀ ਆਖੂ ਆਗ ਲੱਖੂ ਦੀ ਮਾਸੀ ਕੱਲ ਦੀ ਆਈ ਆਂ ਉਹਨਾਂ ਦੇ ਘਰੇ ਤੂੰ ਟਕੜਾ ਪਈ ਜਾਂਦਾ ਆਂ ਆਖੀ ਜਾਵੇ ਜਿਹੜਾ ਕੋਈ ਆਖੂਗਾ ਮੇਰਾ ਤਾਂ ਸੁਹਾਈ ਆਗਾ ਮੈਂ ਤਾਂ ਅਗਲੇ ਨੂੰ ਸੱਚੀ ਗੱਲ ਕਹੀ ਦੇ ਨੂਨੇ ਪਾ ਮਗਲੇ ਨੂੰ ਮਿਰਚਾਂ ਹੀ ਲੱਗਣ ਚੱਲ ਠੀਕ ਐ ਮਾਸੀ ਜੀ ਤੁਸੀਂ ਤਾਂ ਸੱਚੀ ਗੱਲ ਕਹਿ ਰਹੇ ਨੇ ਹੋ ਫਿਰ ਮੈਂ ਕਿਹੜਾ ਝੂਠੀ ਕਹਿਨੀ ਆ ਮੈਂ ਇਹਦੀ ਸੱਚੀ ਹੀ ਕਹਿਨੀ ਆ ਕੋਣ ਤੈਨੂੰ ਆ ਬਿਜੇ ਮੈਂ ਮਾਸੀ ਨੂੰ ਰੁੱਖੀ ਰੋਟੀ ਦੇਵਾਂ ਮੈਂ ਵੀ ਮਾਸੀ ਆਪੇ ਵਾਗ ਜੂਗੀ ਲੈ ਮਾਸੀ ਜੀ ਇਹ ਕੀ ਗੱਲ ਹੋਈ ਅਗੇ ਮਾਸੀ ਵਾਗ ਜੂਗੀ ਜੇ ਮੈਂ ਇਹਨੂੰ ਰੁੱਖੀ ਰੋਟੀ ਦੇਵਾਂ ਇਹ ਗੱਲ ਨਹੀਂ ਹੈਗੀ ਮਾਸੀ ਲਾ ਮਾਸੀ ਜੀ ਮੈਂ ਰੋਟੀ ਲਿਓਨੀ ਆ ਦੁਪਹਿਰੇ ਬਣਾ ਦੂੰ ਸੇਵੀਆਂ ਚੰਗਾ ਰੋਟੀ ਖਾ ਲਓ ਹੁਣ ਤੁਸੀਂ ਫੁੱਤ ਮੈਂ ਰੋਟੀ ਤਾਂ ਖਾਂਦੀ ਨਹੀਂ ਮੰਦੀਪ ਤੇ ਮੈਨੂੰ ਤਾਂ ਦੁੱਧ 'ਚ ਪੱਤੀ ਪਾ ਕੇ ਲਿਆ ਦੇ ਮੈਂ ਤਾਂ ਦੁਪਹਿਰੀ ਖਾ ਲੂ ਜੀ ਤੇ ਸੇਵੀਆਂ ਬਣਾਵਾਂਗਾ ਅੱਛਾ ਚੱਲ ਠੀਕ ਐ ਮੈਂ ਤਾਂ ਹੀ ਕੋ ਸੇਵੀਆਂ ਲੈ ਕੇ ਬਣਾ ਕੇ ਦੇ ਦੂੰ ਹੁਣ ਮੈਂ ਦੁੱਧ 'ਚ ਪੱਤੀ ਪਾ ਕੇ ਲਿਆ ਦਾਨੀ ਆਹੋ ਪਹਿਲਾਂ ਦੇ ਠੀਕ ਐ ਲੈ ਦੇਖ ਲਾ ਮਾਸੀ ਜੀ ਆ ਬੈਰ ਤਾਂ ਕਰਨ ਹਲੇ ਵੀ ਨਹੀਂ ਹਟਦੀ ਉਹ ਕਹਿੰਦੇ ਤਾਂ ਹੁੰਦੇ ਨੇ ਜਿਹਨੂੰ ਆ ਕੇ ਰਸੇ ਚਬਣ ਦੀ ਆਦਤ ਪੈ ਜੇ ਕਿੰਨਾ ਮਰਜ਼ੀ ਕੋ ਹਲਾ ਦੇ ਉਹ ਨਹੀਂ ਹਟਦਾ ਆ ਮਾਸੀ ਤਾਂ ਉਹੀ ਗੱਲ ਕਰਦੀ ਹੈਗੀ ਕਰਨ ਵਾਲੇ ਕੱਲ ਇੰਨਾ ਕੁਝ ਹੋਇਆ ਸੀ ਅੱਜ ਫੇਰ ਬਹਿਵਤਾ ਕਰਦੀ ਆ ਕਦੇ ਸੇਵੀਆਂ ਕਦੇ ਦੁੱਧਾਂ ਚ ਪੱਤੀਆਂ ਦੱਸਦੀ ਇਥੇ ਬੂਲੀ ਬਣ ਕੇ ਗਈਆਂ ਵੀ ਤੂੰ ਮਾਸੀ ਆ ਮਾਸੀ ਬਣ ਕੇ ਰਹਿ ਆ ਸਾਰਾ ਦਿਨ ਮੁੱਲ ਲੜਾਈਗਾ ਤੋ ਭਾਲਦੀ ਆ ਚਲ ਦਿਨੀਆਂ ਦੁੱਧ ਚ ਪੱਤੀ ਪਾ ਕੇ ਤੈਨੂੰ ਲੈ ਇਹਨੂੰ ਆਇਆਗਾ ਵੀ ਇਹ ਬਹਿਵਤਾ ਕਰਨੋਂ ਹਟ ਜੂਗੀ ਮਾਸੀ ਬਹਿਵਤਾ ਬੂਤਾਂ ਕਰਨੋਂ ਨਹੀਂ ਗੇ ਮੈਂ ਹਟਦੀ ਮੈਂ ਤਾਂ ਆਵਲੇ ਆਸਗਮਣ ਚ ਨਹੀਂ ਹਟਦੀ ਹੁੰਦੀ ਕਿ ਕੋਲੇ ਸਪਵਾਏ ਬਣਾ ਤੈਨੂੰ ਛੱਡ ਦੂੰਗੀ ਮੈਂ ਤੈਨੂੰ ਨਹੀਂ ਛੱਡਦੀ ਛੁੱਟਦੀ ਮੈਂ ਜਿਹੜੀ ਤੂੰ ਮੇਰੇ ਮੁੰਡੇ ਤੋਂ ਗੱਲ ਕਹੀ ਹੈ ਨਾ ਮੈਂ ਤੇਰਾ ਬਦਲਾ ਲੈ ਕੇ ਹਟੂੰਗੀ ਜੇ ਤੈਨੂੰ ਮੈਂ ਤੱਕਲੇ ਵਾਂਗੂ ਨਾ ਸਿੱਧੀ ਕਰਿਆ ਮੈਨੂੰ ਵੀ ਸਖਪਾਲ ਕੌਣ ਕਹੂਗਾ ਬੇਬੇ ਬੇਬੇ ਪਤੂਰੇ ਆ ਜਾ ਆ ਗਈ ਸ੍ਰੀ ਗਰਮਸੀ ਸਤਿ ਸ੍ਰੀਕਾਲ ਹੋ ਠੀਕਾ ਪੁੱਤ ਇੱਧਰ ਆ ਜਾ ਇੱਥੇ ਵਾ ਜਾ ਇੱਧਰ ਆ ਜਾ ਕਿਵੇਂ ਆਈ ਸੀ ਪਤਾ ਮੈਂ ਦਾਦਾ ਬੇਬੇ ਨੂੰ ਸੱਦਣ ਆਈ ਸੀ। ਅੱਛਾ। ਹਾਂ। ਤੇ ਹੋਰ ਕਹਿੰਦੇ ਤੁਹਾਡੇ ਠੀਕ ਠਾਕ ਆ? ਹਾਂ ਘਰੇ ਤਾਂ ਸਾਡੇ ਸਾਰੇ ਠੀਕ ਆ। ਹੋਰ ਤੁਸੀਂ ਕੱਲ ਆਏ ਸੀ। ਹੋਰ ਤਾਂ ਪੁੱਤ ਠੀਕ ਠਾਕ ਰਹਿੰਦੇ ਘਰੇ? ਹਾਂ ਸਾਰੇ ਠੀਕ ਆ ਘਰੇ ਦਾ ਵਾਸਤੇ। ਤੇ ਹੋਰ ਤੇਰੇ ਬੇਬੇ ਨਾਲ ਤਾਂ ਤੇਰੀ ਮੰਮੀ ਲੜਦੀ ਲੁੜਦੀ। ਨਾ। ਦਵਾਨੀ ਲੜਦੀ ਆਪਸ ਵਿੱਚ। ਅੱਛਾ ਤੇ ਠੀਕ ਠਾਕ ਵੱਧਾ ਰਹਿੰਦੇ ਆ ਦੋਨੇ? ਹਾਂ ਵਧੀਆ। ਤੇ ਕੰਮ ਤਾਂ ਦਰ ਨਾਲ ਮਿਲ ਕੇ ਕਰ ਲੈਂਦੇ ਆ। ਹਾਂ ਰਲ ਰਲ ਕੀ ਕਰਦੀ ਆ ਤੇ ਜਾਂ ਤਾਂ ਕੀ ਮਸਤ ਸੀ। ਉਹੀ ਪੁੱਛਦੀ ਸੀ ਪੁੱਤ ਮੈਂ ਤਾਂ ਖਾ ਸੁਖ ਤੁਹਾਡੇ ਘਰ ਦੀ। ਅੱਛਾ। ਹਾਂ। ਤੇ ਕਿਵੇਂ ਮਹਤਾਰੀ ਦਾਦੀ ਨਾਲ ਲੜਦੀ ਹੋਵੇ ਤੇਰੀ ਮਾਂ ਨਾ ਮੇਰੀ ਦਾਦੀ ਤਾਂ ਨਹੀਂ ਲੜਦੀ ਮਾੜਾ ਮੋਟਾ ਤਾਂ ਚੱਲੀ ਜਾਂਦਾ ਹੁੰਦਾ ਘਰਾਂ ਚ ਸੱਚ ਬੋਲਿਆ ਕਰੋ ਹਾਂ ਬੇਬੇ ਮੈਂ ਸੱਚ ਹੀ ਕਹਿੰਦੀ ਆ ਝੂਠ ਨਹੀਂ ਬੋਲਦੀ ਸਾਡੇ ਘਰੇ ਤਾਂ ਨਾ ਸਾਰੇ ਰਲ ਕੇ ਰਹਿੰਦੇ ਆ ਆਪਸ ਵਿੱਚ ਜਮਾੜੀ ਲੜਦਾਂ ਨਾ ਕਹਿੰਦੀ ਸਾਡੇ ਘਰੇ ਨਿਕਲੇਸ ਲੈ ਅੱਜੀ ਸਹੀ ਫਿਰ ਮਾਸੀ ਕੁਛ ਕਿਹਾ ਸੀ ਨਹੀਂ ਪੁੱਤ ਮਾਤਾ ਕੁਛ ਨਹੀਂ ਕਹੇਗਾ ਮੈਂ ਤੈਨੂੰ ਆ ਕਹਿੰਨੀ ਮਖਾ ਨਾ ਤੇਰੀ ਦਾਦੀ ਨੇ ਤੇਰੀ ਮਾਂ ਨੂੰ ਕਹਿੰਦੀ ਵੀ ਮਾਸੀ ਜੀ ਸਕਪਾਲ ਆਈ ਆ ਤੇ ਤੁਹਾਡੇ ਘਰੇ ਉਹ ਕੋਈ ਬਦਲੀ ਚੀਜ਼ ਬਣਾ ਕੇ ਰੱਖਿਓ ਖਾਣ ਨੂੰ ਕੋਈ ਨਾ ਮਸੀ ਕਹਿ ਦੂੰਗੀ ਵੀ ਬੜੀਆ ਚੀਜ਼ ਬਣਾ ਕੇ ਰੱਖਣੀ ਆ ਬੇਬੇ ਕਿੱਧਰ ਗਈ ਉਹ ਤਾਂ ਪੁੱਤ ਨਹੀਂ ਜਾਂਦੀ ਕੋਈ ਨਹੀਂ ਮੈਂ ਤੇਰਾ ਸੁਨੇਹਾ ਲਾ ਦੂੰਗੀ ਚੰਗਾ ਹਾਂ ਜਦੋਂ ਬੇਬੇ ਆ ਗਈ ਨਾ ਕਿ ਉਹਨੂੰ ਕਹਿ ਦਿਓ ਵੀ ਉਹਦੀ ਸਾਡੇ ਘਰ ਆ ਜੇ ਚਾਹੇ ਨਾਲ ਤੁਸੀਂ ਵੀ ਆਜੋ ਚਾਹੇ ਬਾਅਦ ਚਾਜੋ ਕੋਈ ਨੂੰ ਪਤਾ ਕੱਠਣਾ ਹੀ ਆਜੋ ਦੋਨੋਂ ਠੀਕ ਆ ਮਸੀ ਮੈਂ ਜਾਣੀ ਆ ਬੇਬੇ ਨੂੰ ਕਹਿ ਦਈ ਚੰਗਾ ਵੀ ਆਜੇ ਚੰਗਾ ਪੁੱਤ ਚੰਗਾ ਹਾਂ ਲੋ ਮਸੀ ਦੁੱਧ ਦੋ ਛੋਡਾ ਲੈ ਆਪਾਂ ਮਾਂ ਕੁੜੀ ਕਿਵੇਂ ਆਈ ਸੀ ਮੈਂ ਮਾੜਾ ਜਿਹਾ ਪੁੱਛ ਲੈਣੀ ਆ ਤੁਸੀਂ ਦੁੱਧ ਪੀ ਲਓ ਕੋਈ ਨੂੰ ਪਾਈ ਕੱਲ ਜਾਵਾਂ ਕਰੀਬ ਮੀਢੀ ਦੀ ਹੋਗੀ ਜੋ ਤਾਂ ਹਾਂ ਆਂਟੀ ਹਾਈ ਮੁਰਗੀ ਤੋਂ ਉਹ ਤਾਂ ਮੈਂ ਬੇਬੇ ਨੂੰ ਸੱਦਣ ਆਈ ਸੀ ਕੋਈ ਕੰਮ ਸੀਗਾ ਹਾਂ ਕੰਮ ਸੀ ਕੀ ਕੰਮ ਆਈ ਸੀ ਫਿਰ ਬੋਲ ਕਿਉਂ ਨਹੀਂ ਮਾਰਿਆ ਉਹ ਤਾਂ ਨਾ ਮੇਰੀ ਦਾਦੀ ਨੂੰ ਕੋਈ ਕੰਮ ਸੀ ਉਹਨੇ ਆਖਿਆ ਸੀ ਵੀ ਬੇਬੇ ਨੂੰ ਬੁਲਾ ਲਿਆ ਮੈਂ ਤਾਂ ਆਈ ਸੀ ਉਹ ਮਮਾ ਸੀ ਨਹੀਂ ਮੈਨੂੰ ਬਿਠਾ ਲਿਆ ਉੱਥੇ ਉਹਨੇ ਅੱਗੇ ਮੈਨੂੰ ਆਉਣ ਹੀ ਨਹੀਂ ਦਿੱਤਾ ਅੱਛਾ ਉਹ ਤਾਂ ਸਾਡੀ ਮਾਸੀ ਤਾਂ ਨਹੀਂ ਆਈ ਆ ਬਾਲੀ ਲੁੱਤਰੋ ਆ ਗਲਾਕੜ ਹੈਗੀ ਆਂਟੀ ਅੱਖਾਂ ਘੱਗੂ ਹੋ ਰੇ ਤੁਹਾਡੇ ਘਰ ਬਾਰੇ ਕਿਤੇ ਦੱਸਤਾ ਹੋਵੇ ਨਾ ਨਾ ਮੈਂ ਤਾਂ ਕੁਛ ਨਹੀਂ ਦੱਸਿਆ ਮੇਰੇ ਤੋਂ ਆਈ ਕਾ ਤੂੰ ਪੁੱਛਦੀ ਸੀ ਕਿ ਤੁਹਾਡੇ ਘਰ ਕਲੇਸ਼ ਪੈਂਦਾਗਾ ਚੱਲ ਚੱਲ ਪੁੱਤ ਕੋਈ ਨਾ ਉਹ ਤਾਂ ਉਹਦੀ ਆਦਤ ਆ ਤੇ ਤੂੰ ਘਰੇ ਜਾ ਜਾ ਵਗ ਜਾ ਤੇ ਅੱਛਾ ਮਾਸੀ ਵੀ ਆਉਗੀ ਨਾਲ ਭੇਜ ਦਿਓ ਵੇ ਬੇਨਸ਼ੇਤੀ ਅੱਛਾ ਹਾਂ ਚੱਲ ਚੰਗਾ ਠੀਕ ਆਂਟੀ ਜਲਦੀ ਭੇਜ ਦੂੰਗੀ ਕੋਈ ਨਾ ਆ ਦੇਖ ਲੈ ਕਿਢੀ ਲੂਤਰੋਗਾ ਤੁਹਾਡੇ ਘਰੇ ਵੀ ਬਸ ਫਿਰ ਖੈਰ ਨਹੀਂ ਅੱਜ ਜੇ ਆਉਗੀ ਕੋਈ ਚਕਚੁੰਦਰ ਤਾਂ ਛੱਡ ਕੇ ਆਉਗੀ ਜ਼ਰੂਰ ਮਤਾ ਮੀਨੀ ਬਈ ਹਫਤਾ ਤੋਂ ਬਣਾ ਕੋਈ ਗੱਲ ਕਰਦੀ ਕਿਸੇ ਨਾਲ ਕਿਥੋਂ ਰੋਡੀ ਲੱਗੀ ਆ ਦੋ ਦਿਨ ਹੋ ਗਏ ਆਈ ਨਹੀਂ ਵੀ ਮੈਂ ਘਰੇ ਜਿੰਦੇ ਲਾ ਕੇ ਆਇਆ ਘਰੇ ਵਗ ਜਾ ਐਤਕੀ ਕਣਕਾਂ ਤਾਂ ਚੰਗੀਆਂ ਦੱਸੇ ਕਣਕਾਂ ਤਾਂ ਕਣਕਾਂ ਬਹੁਤ ਚੰਗੀਆਂ ਐਤਕੀ ਗੱਲ ਕਰਦੇ ਰੱਬ ਮੀਂਹ ਪਾ ਦਿੰਦਾ ਨਾ ਇੱਕ ਹਾਂ ਤਾਂ ਗੱਲ ਬਣ ਜਾਂਦੀ ਰੱਬ ਮੀਂਹ ਨਹੀਂ ਪਾਇਆ ਯਾਰ ਮੈਂ ਮੀਂਹ ਨਹੀਂ ਪਾਇਆ ਤੇ ਹੋਰ ਸੁਣਾ ਦੱਸੇ ਠੀਕ ਆ ਫਸਲવાડી ਤਾਂ ਵਧੀਆ ਹਾਂ ਹਾਂ ਵਧੀਆ ਖੜੀ ਆ ਬਾਈ ਯਾਰ ਇੱਕ ਗੱਲ ਮੈਂ ਤੈਨੂੰ ਹੋਰ ਦੱਸਾਂ ਮਾਸੀ ਦਾ ਸੁਭਾਅ ਬਦਲ ਨਹੀਂ ਹਣਾ ਇਹ ਤਾਂ ਨਹੀਂ ਬਾਈ ਬਦਲਦਾ ਹਾਂ ਉਹ ਜਿਹੜੀ ਪਹਿਲੇ ਦਿਨ ਆਤ ਪੈ ਜ ਉਹ ਕਾਹ ਨੂੰ ਬਦਲਦੀ ਆ ਇਹ ਤਾਂ ਬਸ ਕਰੇ ਵੀ ਉਹੀ ਹਾਲ ਆ ਅੱਛਾ ਯਾਰ ਪੁੱਛਣਾ ਮਹਾ ਬੁਰਾ ਹਾਲ ਹੀ ਆ ਖੇਤ ਬਗ ਜਾ ਤਾਂ ਵੀ ਕਿੱਧਰ ਗਿਆ ਸੀ ਜੇ ਕਿਤੇ ਬਹਿ ਜਾ ਤਾਂ ਵੀ ਇਹਦਾ ਉਹੀ ਕੁਛ ਹੈ ਗਲਤ ਗੱਲ ਆ ਮਾਸਰੀ ਹੁਣ ਉਮਰ ਦੇ ਹਿਸਾਬ ਨਾਲ ਇਹਨੂੰ ਸੁਧਰਨਾ ਚਾਹੀਦਾ ਇਹ ਨਹੀਂ ਸੁਧਰਦੀ ਭਰਾਵਾ ਉਹ ਆਏ ਆ ਵੀ ਕੱਲ ਨੂੰ ਹੁਣ ਤੇਰੀ ਬਹੂ ਵੀ ਲਿਆਉਣੀ ਆ ਭਾਈ ਤੂੰ ਵਿਆਹ ਵੀ ਕਰਾਉਣਾ ਸਹੀ ਗੱਲ ਆ ਫਿਰ ਉਹਦੇ ਨਾਲ ਲੜੀ ਜਾਇਆ ਕਰੂ ਫਿਰ ਇਹਨਾਂ ਦੀ ਰਚਕਣੀ ਬੈਠਣੀ ਜਮੀ ਨਹੀਂ ਬਠਣੀ ਤੂੰ ਇਹਨੂੰ ਗੱਲੋ-ਗੱਲੀ ਸਮਝਾਇਆ ਕਰ ਵੀ ਬੇਬੇ ਹੁਣ ਤੋਂ ਆਉਂਦਾ ਸੁਭਾਅ ਬਦਲ ਲਾ ਉਮਾ ਤਾਂ ਬਹੁਤ ਸਮਝਾਉਣਾ ਪਰ ਸਮਝਦੀ ਨਹੀਂ ਕੀ ਕਰੀਏ ਸਮਝਾਉਣੀ ਤਾਂ ਪੂ ਹੋ ਗਈ ਕਿਸੇ ਸਿਆਣੀ ਬੁੜੀ ਨੂੰ ਕਹਦੇ ਆ ਕਰ ਵੀ ਇਹਨੂੰ ਸਮਝਾ ਕਿਉਂਕਿ ਜੇ ਇਹਨੂੰ ਸਮਝਾਵਾਂਗੇ ਤਾਂ ਫੇਰ ਗੱਲ ਬਣੂਗੀ ਫੇਰ ਹੀ ਹੋਊਗਾ ਬਾਲਾ ਪੈਣਾ ਸੁਭਾਗ ਆ ਉਹ ਤਾਂ ਹਾਇ ਤਾਂ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਆਇਆ ਤਾਂ ਇਹ ਹਾਂ ਉਹ ਤਾਂ ਤੂੰ ਤਾਂ ਛੋਟਾ ਹੁੰਦਾ ਸੀਗਾ ਦੇਖਦਾ ਮੈਂ ਦੇਖਿਆ ਪਹਿਲੇ ਦਿਨ ਹੀ ਇਹਦਾ ਸੁਭਾ ਹੈ ਕਦੇ ਮੇਰੀ ਮਾਂ ਨਾਲ ਲੜ ਪਈ ਆ ਕੇ ਕਦੇ ਮਾਮੇ ਨਾਲ ਲੜ ਪਈ ਕੋਥੇ ਕਦੇ ਕਿਸੇ ਨਾਲ ਐਂ ਹੀ ਕਰੀ ਜਾਂਦੀ ਆ ਬਸ ਬਸ ਐਂ ਜੇ ਕਿਸੇ ਕੋਲੇ ਭਾਏ ਜਾ ਤਾਂ ਵੀ ਉਹੀ ਕੁਛ ਹੈ ਜੇ ਮੰਨ ਕੇ ਕਿਸੇ ਦੇ ਘਰੇ ਬਾਗੇ ਤੂੰ ਕੌਲੇ ਕਛ ਦੇ ਫਿਰਦੇ ਹੋ ਐ ਕਰਦੇ ਫਿਰਦੇ ਹੋ ਹਾਂ ਬਸ ਇਹ ਗੱਲਾਂ ਐ ਕਰੀ ਜਾਂਦੀ ਐ ਸਾਰਾ ਦਿਨ ਬਾਹਾਲੀਆਂ ਪਤਨ ਗਾਲਾਂ ਕੱਢਦੀ ਐ ਕਦੇ 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 ਤਾਂ ਪਤਾ ਇਹਦਾ ਬਲੱਡ ਵਹਿੰਦਾ ਹੈ ਇਹਦਾ ਬਾ ਕੁਛ ਤਾਂ ਬਲੱਡ ਵਹਿੰਦਾ ਆਂਦਾ ਕੁਛ ਬਸ ਜਿਹੜੀ ਗੱਲ ਸੁਭਾਹ ਆਈ ਇਹ ਜੇ ਸ਼ੁਰੂ ਥੀ ਮੈਂ ਤਾਂ ਤੈਨੂੰ ਹੋਰੂੰ ਆਂਦਾ ਸੀ ਹੂੰ ਚੰਗੇ ਡਾਕਟਰ ਨੂੰ ਦਿਖਾ ਕੇ ਇਹਦੀ ਗੋਲੀ ਗੁਲੀ ਲਵਾ ਦੇ ਲਵਾਉਣੀ ਪਊ ਕਿਉਂਕਿ ਉਮਰ ਦੇ ਹਿਸਾਬ ਨਾਲ ਗੋਲੀ ਲਵਾ ਦੇ ਇਹਦੀ ਆਪੇ ਸੈਟਰ ਹੈ ਕਰੂ ਤੜਕੇ ਲੈ ਲਿਆ ਕਰੂਗੀ ਗੋਲੀ ਨੀਲ ਜਾਣਾ ਪੂਗਾ ਫਿਰ ਗੋਲੀ ਕੋਈ ਲਵਾਉਣੀ ਹੈ ਡਾਕਟਰ ਤੋਂ ਦੇ ਕੇ ਆਰ ਪੁੱਛਦੇ ਆ ਕਿਸੇ ਨੂੰ ਉਹ ਗੱਲ ਤਾਂ ਆ ਆ ਜੱਸੇ ਹੋਰ ਤਾਂ ਕੋਈ ਗੱਲ ਨਹੀਂ ਆ ਪਤਾ ਲੈਨੇ ਆ ਚੱਲ ਹਾਂ ਆਪਾਂ ਨੂੰ ਤਾਂ ਪਤਾ ਹੈ ਆਪਾਂ ਨੂੰ ਤਾਂ ਪਤਾ ਬਾਈ ਹਾਂ ਆਪਰਾ ਤਾਂ ਨਹੀਂ ਬੋਲਦੇ ਬਈ ਬਗਾਨੀਆਂ ਕੰਮ ਚੱਲਦੇ ਆ ਨਹੀਂ ਚੱਲਦੀ ਬਾਈ ਹਾਂ ਬਗਾਨੀਆਂ ਦਾ ਔਖਾ ਹੋ ਜਾਂਦਾ ਫਿਰ ਬਹੁਤ ਔਖਾ ਹੋ ਜਾਂਦਾ ਬਗਾਨੇ ਬੰਦੇ ਦਾ ਹਾਂ ਆ ਤੇਰੀ ਪ੍ਰਧਾਈ ਨੂੰ ਤਾਂ ਮੈਂ ਕਹਿ ਰੱਖਿਆ ਮਖਾਈ ਦਾ ਗੁੱਸਾ ਨਾ ਕਰਿਆ ਕਰ ਮਾਸੀ ਦਾ ਸੁਭਾਈ ਇਹੋ ਜਿਹਾ ਸੁਭਾਈ ਇਹੋ ਜਿਹਾ ਪਹਿਲੇ ਦਿਨ ਹੀ ਮਖਾਈ ਬੋਲਦੀ ਆ ਤੇ ਅਹੀਂ ਇਹ ਤਾਂ ਸਾਰਾ ਦਿਨ ਹੀ ਕਰਦੀ ਆ ਮਾਂ ਰਾਮ ਜੱਸੇ ਨੂੰ ਨਹੀਂ ਸਿੱਧਾ ਬੋਲਦੀ। ਨਾ ਨਾ ਪੁੱਛਣਾ ਭਰਾ ਬੁਰਾ ਹਾਲ ਆ। ਅੱਜ ਰੋ ਰੋ ਗਿਆ ਮੈਂ ਤੇਰੇ ਕੋਲੇ। ਪਿੱਛੇ ਜੇ ਕਿਵੇਂ ਬੁੜਕੀ ਜਾਂਦੀ ਸੀ। ਬਾਲਾ ਬੁੜਕਦੀ ਇਹ ਤਾਂ ਸਾਰਾ ਦਿਨ ਬਸ ਆਹੀ ਕੁਛ ਚੱਲਦਾ ਇਹਦਾ। ਲਾਉਂਦੀ ਨਹੀਂ ਹਿਸਾਬ ਪਤਾਵ ਜਮਈ। ਨਾ ਨਾ ਜਮਾ ਦੇਖਣ ਵਾਲੀ ਵੀ ਕਿਹਨੂੰ ਮੈਂ ਕੀ ਬੋਲਣਾ ਕਿਹਨੂੰ ਕੀ ਬੋਲਣਾ। ਹਾਂ। ਇੱਕ ਹਜ਼ਾਰ ਗੱਲ ਹੋਰ ਵੀ ਆ। ਮੂੰ ਤਾਂ ਹੁਣ ਵੱਡਾ ਸਰੀਰ ਹੋ ਰਿਹਾ ਇਹਦਾ। ਹੂੰ ਹੂੰ। ਤੈਨੂੰ ਪਤਾ ਦਿਮਾਗ ਤੇ ਗੱਲਾਂ ਹੋਰ ਵੀ ਘੁੰਮੀ ਜਾਂਦੀਆਂ। ਘੁੰਮੀ ਜਾਂਦੀਆਂ ਬਾਈ। ਇਹ ਤਾਂ ਕਹਿ ਦਿੰਦੀ ਆ ਮੈਂ ਜੱਸੇ ਦਾ ਵਿਆਹ ਕਰਨਾ ਹੈ। ਰਿਸ਼ਤਾ ਨਹੀਂ ਹੋਇਆ। ਇਹ ਅਹੀਂ ਇਹੀਆਂ ਗੱਲਾਂ 'ਚ ਝੁਰੀ ਜਾਂਦੀ ਰਹਿੰਦੀ ਐ। ਐਸੇ ਗੱਲਾਂ 'ਚ ਹੋ ਹੀ ਜਾਂਦੀ ਐ ਇਹ। ਆ ਚੱਲ ਕੋਈ ਗੱਲ ਨਹੀਂ। ਆਪਾਂ ਅੱਜ ਸਮਝਾਵਾਂਗੇ। ਹੋਰ ਸਮਝਾਈ ਤੂੰ ਮਾਸੀ ਐ ਤੇਰੀ। ਕੋਈ ਨਹੀਂ ਕੋਈ ਨਹੀਂ ਮੈਂ ਸਮਝਾਉਂਗਾ। ਉਹ ਪਰ ਮੈਂ ਤਾਂ ਪਹਿਲਾਂ ਵੀ ਬਥੇਰਾ ਸਮਝਾਉਂਦਾ ਰਿਹਾ। ਹੂੰ ਹੂੰ। ਫਿਰ ਮੇਰੀ ਮਾਂ ਕਹਿੰਦੀ ਐ ਵੀ ਤੂੰ ਨਾ ਬੋਲਿਆ ਕਰ ਇਹਦਾ ਸੁਭਾਈ ਐ ਜਿਆ ਪਹਿਲੇ ਦਿਨੋਂ। ਉਹ ਕਿਸੇ ਨੂੰ ਬੋਲਦੀ ਕੁਛ ਨਹੀਂ। બસ ਆਉਦੀ ਪੜਾਹ ਦੀ ਕੱਢ ਕੇ ਚੁੱਪ ਕਰ ਜਾਂਦੀ ਹੈ ਹਾਂ ਬਸ ਆਉਦੀ ਉਹ ਕਰਦੀ ਆ ਉਹ ਨਹੀਂ ਮਾੜਾ ਨਹੀਂ ਕਿਸੇ ਨੂੰ ਬੋਲਦੀ ਮਾੜਾ ਨਹੀਂ ਕਿਸੇ ਨੂੰ ਬੋਲਦੀ ਹਜੇ ਇਹ ਵੀ ਸੁੱਖ ਹੈ ਹਾਂ ਚੱਲ ਆਪਾਂ ਉਹ ਤਾਂ ਗਾਣਾ ਗੂਲਾ ਕੱਢ ਲੈਂਦੀ ਆ ਆਪਾਂ ਤਾਂ ਕੋਈ ਚੱਕਰ ਨਹੀਂ ਹਾਂ ਆਪਣੇ ਬਗਾਨੇ ਬੰਦੇ ਨੂੰ ਕਿਸੇ ਜਵਾਕ ਨੂੰ ਕੱਢਦਾ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਬਾਈ ਉਹਦਾ ਤੇ ਚਲਿਏ ਕਰੇ ਆਪਾਂ ਹੁਣ ਹਾਂ ਚੱਲ ਬਹੁਤ ਟਾਈਮ ਹੋ ਗਿਆ ਹੋਰ ਹੋਰ ਅੱਜ ਕੀ ਮਾਤਾ ਸਰੋਜੀ ਵੀ ਬੀਜਤੀ ਥੋੜੀ ਜੀ ਮਹਾਜਲ ਪਹਾਣੀਆਂ ਕੂਣੀਆਂ ਵਾਸਤੇ ਬੀਜ ਲੈਣੇ ਆ ਹਾਂ ਹਾਂ ਬਾਕੀ ਰੇਟ ਰੂਟ ਵਧੀਆ ਸਰੋਂ ਦਾ ਹੁਣ ਹਾਂ ਬਾਕੀ ਨਾਲ ਆਏ ਆ ਘਰ ਦੇ ਤੇਲ ਬਣਾ ਲੋਟ ਨਹੀਂ ਹੁੰਦਾ ਹਾਂ ਲੋਟ ਆ ਜਾਂਦਾ ਫਿਰ ਤੇਲ ਹੋ ਜਾਂਦਾ ਨਾ ਤੇਲ ਤੂਲ ਹੋ ਜਾਂਦਾ ਨਾ ਪਸ਼ੂ ਨੂੰ ਹੋ ਜਾਂਦਾ ਕਿ ਖਲ ਦਾਣੇ ਦਾ ਖਲ ਦਾਣੇ ਦਾ ਹੋ ਜਾਂਦਾ ਚੱਲ ਜੀ ਫਿਰ ਹੋਰ ਚੱਲ ਫਿਰ ਕਰੇ ਆ ਚੱਲ ਜੀ ਫਿਰ ਨਾ ਆਈ ਪਣੀ ਹਾਂ ਨਾ ਆਈ ਉਹ ਪਣੀ ਜਲਕੁਰ ਦੀ ਪੋਤੀ ਆਈ ਸੀ ਤੈਨੂੰ ਬੁਲਾਉਣ ਕੀ ਕਹਿੰਦੀ ਸੀ ਪਤਾ ਨਹੀਂ ਕਹਿੰਦੀ ਕਿ ਮੇਰੀ ਦਾਦੀ ਕਿੱਥੇ ਆ ਗਈ ਕਿ ਮੇਰੀ ਮਾਂ ਨੇ ਬੁਲਾਇਆ ਕਰੇ ਅੱਛਾ ਹਾਂ ਕੋ ਕੰਮ ਤਾਂ ਦਾ ਹੋਗਾ ਪਤਾ ਨਹੀਂ ਕੋ ਕੰਮ ਤਾਂ ਦਾ ਹੋਗਾ ਤੇ ਉਹ ਕੁੜੀ ਮੇਰ ਨਾਲ ਤੇ ਹਾਂ ਕਹਿ ਕੇ ਮੈਨੂੰ ਵਿਚਾਰੀ ਉੱਤਰਨ ਲੱਗੀ ਤੇ ਭੱਜ ਕੇ ਤੇਰੇ ਵਾਲੀ ਨੂੰ ਉਹ ਤੇ ਉਹਦੇ ਮਗਰ ਗਈ ਅੱਛਾ ਹਾਂ ਇਹਨੂੰ ਕਵੀ ਪੁੱਠਾ ਸੁਭਾਗਾ ਇਹ ਇਹਨ ਤਾਂ ਵਾਈ ਆਤਾ ਤਾਂ ਕੋਈ ਬੰਦਾ ਆਵੇ ਬੁੜੀ ਆਵੇ ਭੱਜ ਕੇ ਉਹਦੇ ਮਗਰ ਲੈ ਲਈ ਉਹ ਲੱਭ ਜਾਂਦੀ ਹਾਂ ਵੀ ਕੀ ਲੈਣ ਆਈ ਸੀ ਜਾਂ ਕੀ ਕਰੇਗੀ ਜਾਂ ਤਾਂ ਉਹ ਬੇਬੇ ਕੀ ਕਹਿੰਦੀ ਸੀ ਮਾਸੀ ਹਾਂ ਤੇ ਉਹਨੂੰ ਬਾਣੇ ਪੁੱਛੀ ਜਾਂਦੀ ਸੀ ਕੁਸ ਅੱਛਾ ਹਾਂ ਤੂੰ ਮਾੜਾ ਮਟਾ ਇਹਨੂੰ ਕਿਹਾ ਕਰ ਗਿਆ ਕੁਸ ਨਹੀਂ ਇਹ ਕੋ ਜਾਣਦੀ ਕਹੇ ਨੂੰ ਲੱਾ ਜਾਂਦੀ ਕਿਉਂ ਨਹੀਂ ਕਿਤੇ ਸਾਡੇ ਬੋਲ ਕੇ ਦੇਖੇ ਮੁੰਡਾ ਐਨੇ ਬਰਾਬਰ ਦੇ ਜਵਾਬ ਹੋ ਜਾਣ ਉਹ ਤਾਂ ਨਹੀਂ ਬੋਲੀਦਾ ਹੁੰਦਾ ਮੂਰੇ ਲਾ ਭਾਣ ਉਹ ਹੀ ਗੱਲ ਜੇ ਬਰਾਬਰ ਦੇ ਜਵਾਬ ਫਿਰ ਸਰਚ ਕਰਾਂਗਾ ਤਾਂ ਨਹੀਂ ਕਰਾਉਣਗਾ ਲਾ ਤੂੰ ਤਾਂ ਮੰਨ ਮੰਨ ਕਰੀ ਜਾਨੀ ਹੈਗੀ ਕੀ ਕਰਕੇ ਭੈਣੇ ਫਿਰ ਮੰਨ ਮੰਨ ਕਰਨਾ ਪੈਂਦਾ ਜੇ ਹੁਣ ਆਪ ਮੂਰੇ ਬੋਲਾਂਗੇ ਤਾਂ ਮੂਰੇ ਚਾਰ ਮੋੜ ਦੇਣਗੇ ਲਾ ਚਾਰ ਮੋੜ ਦੇਣਗੇ ਕੋਈ ਮੋੜ ਨਹੀਂ ਮੈਂ ਤਾਂ ਉਹ ਕਰ ਜੀ ਕਿ ਮੈਂ ਤਾਂ ਆਪ ਬਿਠੇ ਰਹਿ ਉਹ ਕਰ ਲੈਣੀ ਹੈਗੀ ਅੱਗੇ ਤੱਕੇ ਲੈਣੀ ਹੈ ਮੂਰੇ ਤੂੰ ਹੀ ਨਾ ਬੋਲਦੀਗੀ ਕੋਈ ਨਾ ਲੈਣੀ ਅੱਗੇ ਤੱਕੇ ਮੈਂ ਇੱਥੋਂ ਨਹੀਂ ਲੈ ਜਾਂਦੇ ਫਿਰ ਤੂੰ ਤਾਂ ਭੈਣ ਨੂੰ ਡਰੀ ਜਾਨੀ ਐ ਜਵਾਖਾ ਤੂੰ ਮੇਰੇ ਅੰਗੂ ਰੋਬ ਰੱਖਿਆ ਕਰ ਨਹੀਂ ਮੈਨੂੰ ਤਾਂ ਨਾ ਤੂੰ ਮੇਰੀ ਭੈਣ ਹੀ ਨਹੀਂ ਲੱਗਦੀਗੀ ਦੇਖ ਲਾ ਕਿਵੇਂ ਦੋਨੇ ਭੈਣਾ ਮੰਜੇ ਤੇ ਚੜੀਆਂ ਬੈਠੀਆਂ ਨੇ ਨਾ ਧੋਕੇ ਨੁਖਰੀਆਂ ਸਮਾਰੀਆਂ ਆਏ ਨਹੀਂ ਵੀ ਕੱਦਾ ਕੰਮ ਤਾਂ ਕਰਾ ਦਈਏ ਖਾਣ ਨੂੰ ਭਾਲ ਦੇ ਚੰਗਾ ਚੰਗੇਰਾ ਆਹ ਦੇਖ ਲਾ ਜਿੱਦੇ ਨਹੀਂ ਆਈ ਆ ਮਾਸੀ ਉਂਗੜਾ ਲਾ ਲਾ ਕੇ ਆ ਸਾਡੀ ਬੁੜੀ ਵੀ ਬਗਿਆੜਦੀ ਮਾੜਾ ਮੋਟਾ ਇਹੀ ਕੰਮ ਕਰਦੀ ਸੀਗੀ ਆਪ ਤਾਂ ਨਹੀਂ ਕਰਨਾ ਲਬੂ ਆਇਨੀ ਕਰੇ ਵੀ ਖਬਰਸਾਰ ਤਾਂ ਲੈਣਾ ਕਿਵੇਂ ਗੱਲਾਂ ਮਾਰੀ ਜਾਂਦੀ ਆ ਚਲ ਆਪਾਂ ਜਲਪੁਰ ਕੋ ਚੱਲ ਕੇ ਅੱਗੇ ਚੱਲ ਹੋਰ ਕੁੜੀ ਆਈ ਸੀਗੀ ਹਾਂ ਚੱਲ ਚੱਲ ਕੀ ਫਟਾ ਕੀ ਕਹਿੰਦੀ ਹੁਣ ਹੀ ਆ ਹਾਂ ਛੇਰੋਂ ਤਾਂ ਤنگ ਆ ਕੇ ਕੋਈ ਗੱਲ ਬਾਤ ਪੁਣੇ ਇੱਥੇ ਮੇਰੀਆਂ ਚੱਪਲਾਂ ਪਈਆਂ ਸੀ ਅੱਜ ਬਾਖ ਲੈ ਕੇ ਹੁਣ ਆਪਾਂ ਨੇ ਪਾਤੀ ਹੋਰ ਦੇਖਣੀ ਹੈ ਮੈਂ ਇੱਧਰ ਨਾ ਪਈਆਂ ਹੁਣ ਚਲ ਉਹਦੇ ਨੂੰ ਕਰ ਕੇ ਆ ਤੈਨੂੰ ਥੋੜਾ ਅੰਦੀਪਾ ਹਾਂ ਮਸੀ ਉਹ ਦੁੱਧ ਵਾਲੇ ਕੋਲ ਚੱਕ ਲਈ ਮੇਰੇ ਹਾਂ ਦੁੱਧ ਵਾਲੇ ਭਾਂਡੇ ਤਾਂ ਪੈ ਨੇ ਚੱਕ ਲਈ ਚੱਲ ਚੰਗਾ ਭਾਈ ਤੇ ਐਂ ਕਰੀ ਫਿਰ ਮੇਰੇ ਆਉਂਦੀ ਨੂੰ ਤੂੰ ਲੱਪਕ ਸੇਵਾਂ ਬਣਾ ਲਈ ਚੱਲ ਠੀਕ ਆ ਮੈਂ ਤਾਂ ਬਣਾ ਲੂੰ ਨਾ ਹੁਣ ਜੋੜੀ ਚੱਲੀ ਕਿੱਧਰ ਐ ਅੱਛਾ ਕੁੜੀ ਆਈ ਸੀ ਸੱਦਣ ਆਈ ਸੀ ਸੱਦਣ ਜਲ ਕੁੱਟ ਕੇ ਕਰਾਂ ਜਾ ਕੇ ਉਹਨੂੰ ਤੇਰੀ ਮਾਸੀ ਕੇ ਅੱਛਾ ਫਿਰ ਤੂੰ ਵਗ ਜਾਂਦੀ ਕੱਲੀ ਆ ਮਾਸੀ ਬਿਨਾ ਸਰਦਾ ਨਹੀਂ ਸੀ ਫਿਰ ਇਹ ਕਹੀਂ ਚੱਲ ਮੈਂ ਵੀ ਮਿਲ ਆਉਂਗੀ ਨਾਲੇ ਫਿਰ ਪਿੰਡ ਵੀ ਜਾਣਾ ਹੋਊ ਅੱਜ ਮਾਸੀ ਨੇ ਕੋਈ ਨਹੀਂ ਪਿੰਡ ਦਾ ਤਾਂ ਮੈਂ ਆ ਕੇ ਦੇਖਦੇ ਹਾਂ ਹਜੇ ਆ ਜਾ ਆ ਜਾ ਆ ਜਾ ਚਲ ਮਾਸੀ ਮੈਂ ਤਾਂ ਐ ਕਹਿੰਦੀ ਸੀ ਮੈਂ ਕਿਹਾ ਕਰ ਸੁਣਨਾ ਸੀ ਫਿਰ ਆ ਕਉ ਐਨੇ ਜਨੂਕੂ ਮੇਰੇ ਘਰ ਦਾ ਫਿਕਰ ਲੱਗਿਆ ਪਿਆਗਾ ਮੈਨੂੰ ਫਿਕਰ ਹੋਣਾ ਚਾਹੀਦਾ ਆਪਣੇ ਘਰ ਦਾ ਤੂੰ ਆ ਤਾਂ ਪੰਡਾਸ਼ੇ ਨਾ ਮਾਜਾ ਨਾ ਸੇਵੋ ਬਣਾ ਲਈ ਰੱਖ ਦੂਗਲਾ ਹੁਕਮ ਤਾਂ ਇਲਾਕੇ ਆਈਆ ਜਿਵੇਂ ਇੱਥੇ ਡੀਸੀ ਲੱਗੀ ਹੁੰਦੀ ਆ ਇਹਨੇ ਬੜਾ ਤਪਾਈ ਪਤਾ ਨਹੀਂ ਕਿਉਂ ਨਹੀਂ ਜਾਂਦੀ ਅੱਜ ਆਉਣ ਦੇ ਉਹਨੂੰ ਬਾਈ ਨੂੰ ਜੱਸੇ ਨੂੰ ਉਹਨੂੰ ਕਹੂੰਗੀ ਵੀ ਬਈ ਤੁਸੀਂ ਜਾਣ ਦਾ ਨਾ ਹੀ ਨਹੀਂ ਲੈਂਦੇ ਤੇ ਘਰ ਖਰਾਬ ਹੋਈ ਜਾਂਦਾਗਾ ਸੋਡਾ ਹੁਣ ਤੁਰਪੀ ਉਹਨਾਂ ਦੇ ਉੱਠ ਕੇ ਆਣੀ ਪਤਾ ਹੁਣ ਉਹਨਾਂ ਦੇ ਕੀ ਅੱਗ ਫੂਸਟ ਕੇ ਆਊਗੀ ਵਿਚਾਰਾਂ ਦੇ ਦੈਨ ਹੁਈ ਨਾ ਫਟਾੜ ਪਵਾਇਆ ਆਵੇਂ ਹੱਸਦੇ ਵਸਦੇ ਘਰ ਚ ਇਹਦੀ ਆਦਤ ਆ ਇਹ ਕਿੱਥੇ ਰਹਿੰਦੀ ਆ ਕੁਛ ਨਾ ਕੁਛ ਕਰਕੇ ਤਾਂ ਜਰੂਰ ਮੁੜੂਗੀ ਇੱਥੇ ਸਾਨੂੰ ਲਾਂਬੇ ਦਮਾਉਣ ਨੂੰ ਲੈ ਮੈਂ ਮਨਾ ਭਾਂਡੇ ਤਾਂ ਮਾਂ ਦੇ ਤੇ ਹੁਣ ਖਾਣੇ ਦਾਣੇ ਦੀ ਤਿਆਰੀ ਕਰਾਂ ਅੱਛਾ ਭਾਂਡੇ ਮਾਂ ਦੀ ਅੱਛਾ ਆਗੇ ਤੁਸੀਂ ਹੋਰ ਅੱਛਾ ਐ ਕਰ ਭਾਂਡੇ ਧਰਿਆ ਪਰ ਫੋਨ ਨਾਲ ਸਾਡੀ ਚਾਹ ਚੂਪਣਾ ਕੇ ਤੇਰੀ ਕੋਟਾ ਬਣਾਉਣੀ ਆ ਉਲਾਰਨ ਦੀ ਪਚਾਰੀ ਕੁੱਟ ਬਣਾਇਆ ਯਰ ਕਿਨਾ ਉੱਥੇ ਟਾਈਮ ਲੱਗ ਗਿਆ ਖੇਤ ਆ। ਉਹ ਚਾ ਮੈਂ ਤਾਂ ਦੰਮ ਲੈ ਲਾ ਮੈਂ ਤਾਂ ਟੜਕੇ ਦੀ ਹੰਬੀ ਪਈਾਂਗੀ। ਕਿਉਂ ਇੰਨਾ ਕੀ ਹੰਬਗੀ? ਬੱਸ ਹੁਣ ਕੰਮ ਨਹੀਂ ਸਾਰ ਆ। ਤੈਨੂੰ ਪਤਾਗਾ। ਉਹ ਕੰਮ ਫੇਰ ਕੀ ਹੋ ਗਿਆ? ਰੋਜ਼ ਹੀ ਕਰਦੀ ਆ। ਰੋਜ਼ ਤਾਂ ਕਰਦੀ ਆ। ਹਲੇ ਮਾਸੀ ਨੇ ਰੋਟੀ ਨਹੀਂ ਖਾਦੀ। ਹਲੇ ਮੈਂ ਤਾਈ ਕੋਲ ਜਾ ਕੇ ਸੇਵੀਆਂ ਲਿਓਣੀਆਂ ਨੇ। ਉਹਦੇ ਵਾਸਤੇ ਸੇਵੀਆਂ ਬਣਾਉਣੀਆਂ ਨੇ। ਅੱਛਾ ਰੋਟੀ ਖਾਦੀ ਨਹੀਂ ਆਬੀ ਹਜੇ ਮਾਂ ਨੇ। ਉੱਥੇ ਦਾ ਟਾਈਮ ਨਾਲ ਹੀ ਖਾ ਲੈਂਦੀ ਆ। ਅੱਜ ਸੇਵੀਆਂ ਵੀ ਪਾਲਦੀਆਂ ਨਾਲ ਉਹ। ਲੈ ਬਈ। ਉਹ ਤਾਂ ਪਹਿਲਾਂ ਦੁੱਧ ਚ ਪੱਤੀ ਪਵਾ ਕੇ ਪੀ ਕੇ ਗਈ ਆ ਫਿਰ ਆ ਕੇ ਕਹਿੰਦੀ 2 ਵਜੇ ਸੇਵੀਆਂ ਨਾਲ ਰੋਟੀ ਖਾਉਂਗੀ ਪਰ ਮੈਨੂੰ ਲੱਗਦਾ ਜਾਣਦਾ ਅੱਜ ਵੀ ਨਹੀਂ ਨਾ ਲੈਂਦੀ ਭਾਬੀ ਉਹ ਉਹ ਤਾਂ ਜਾਣਦਾ ਨਾ ਕਿੱਥੇ ਉਹ ਤਾਂ ਕਹਿੰਦੀ ਮੈਂ 10 12 ਦਾ ਨਾ ਰਹੂੰਗੀ ਹਲੇ ਮੈਂ ਹੀ ਨਹੀਂ ਜਾਂਦੀ ਮੈਂ ਤਾਂ ਕਹਿੰਦੀ ਸੇਵਾ ਕਰਾਉਣੀ ਆ ਸੋਤੋ ਪੂਰੀ ਹਲੇ ਅੱਛਾ ਹੈ ਕਿੱਥੇ ਉਹ ਬਾਈ ਉਹ ਤਾਂ ਨਾ ਗਵਾਂਡੀਆਂ ਦੇ ਘਰੇ ਵਗ ਗਈ ਤੈਨੂੰ ਪਤਾ ਤਾਂ ਹੈਗਾ ਬੇ ਮਾਸੀ ਜੀ ਦਾ ਤੇ ਉਹ ਸੱਦਣ ਤਾਂ ਆਈ ਸੀ ਬੇਬੇ ਨੂੰ ਕਹਿੰਦੀ ਮੈਂ ਵੀ ਜਾ ਕੇ ਆਉਂਗੀ ਅਕੇ ਬਈ ਮੈਂ ਤਾਂ ਆਏ ਕਹਿੰਦੀ ਸੀ ਵੀ ਤੁਸੀਂ ਘਰ ਕਿਸੇ ਨੂੰ ਸਮਾ ਕੇ ਆਈ ਸੀ ਕਾਣੂ ਭਾ ਵੀ ਜਿੰਦਾ ਲਾ ਕੇ ਆਏ ਆ ਹਾਏ ਹਾਏ ਜਿੰਦਾ ਲਾ ਕੇ ਆਏ ਆ ਫੁਰ ਤੇ ਲੈ ਭਾਈ ਅੱਜ ਕੱਲ ਟਾਈਮ ਪਤਾ ਕਿੰਨਾ ਮਾੜਾ ਜੇ ਕੋਈ ਸਾਰਾ ਸਮਾਨ ਲੈ ਗਿਆ ਚੱਕ ਕੇ ਉਹੀ ਤਾਂ ਗੱਲ ਕਰਦੇ ਆ ਬੇ ਹਾਂ ਮੈਂ ਅੱਜ ਕੱਲ ਦੱਸ ਕੇ ਹਟਿਆ ਇਹ ਸਾਰੀ ਗੱਲ ਸਾਰਾ ਭਾਈ ਕੀ ਕਰਾਂ ਜੇ ਕਹਿੰਦਾ ਕਿਸੇ ਦੇ ਘਰੇ ਵਗ ਜਾਣਾ ਤਾਂ ਵੀ ਕਹਿੰਦਾ ਵੱਡ ਖਾਣ ਵਾਲੇ ਵਾਂਗੂੰ ਪੈਂਦੀ ਆ ਅੱਛਾ ਜੇ ਕਿਤੇ ਖੇਤ ਕੰਮ ਕਰਨ ਵਗ ਜਾਣਾ ਤਾਂ ਕਹਿੰਦਾ ਉੱਥੇ ਫੇਰ ਵੱਡ ਖਾਣਾਂ ਵਗੂੰ ਕਦਾ ਪਤਾ ਹੀ ਨਹੀਂ ਕਿਸ ਦਾ ਸੁਭਾਅ ਬਣ ਰਿਹਾ ਹੈ ਉਹ ਤਾਂ ਮਾਸੀ ਆ ਉਹ ਤਾਂ ਚਲੇਦਾ ਮੁੰਡਾ ਗਾ ਇਹਨੂੰ ਤਾਂ ਕਿੱਥੇ ਟਿਕੰਦੇ ਵੇ ਉਹ ਤਾਂ ਤੀਜੇ ਦਿਨ ਆ ਤੀਜੇ ਥਾਂ ਆ ਕੇ ਆਪਾਂ ਨੂੰ ਨਹੀਂ ਟਿਕੰਦਿੰਦੀ ਹੈਗੀ ਬਾਈ ਭੈੜੀ ਵਾਲੀ ਆ ਮਾਸੀ ਨੂੰ ਛਿੜਕਿਆ ਕਰ ਮੜਾ ਮੋਟਾ ਕੀ ਆ ਕਿ ਆ ਬੀ ਹੂੰ ਤੇ ਨਾਲੇ ਮੈਂ ਆਏ ਕਹਿੰਦੀ ਸੀ ਬੰਦੀ ਆ ਗਈ ਆਪ ਤੂੰ ਬਾਈ ਮੈਂ ਤਾਂ ਆਏ ਕਹਿੰਦੀ ਸੀ ਆਏ ਮੈਂ ਮਾਸੀ ਦਾ ਕੀ ਜਾਂਦਾ ਆ ਬੁੜੀਆਂ ਦੀ ਤਾਂ ਆਦਤ ਹੀ ਇਹ ਹੁੰਦੀ ਆ ਜੇ ਤੇਕੇ ਵਗ ਜਾਣ ਉੱਥੋਂ ਨਹੀਂ ਹਿਲਦੀਆਂ ਜੇ ਭੈਣ ਕੋਲੇ ਵਗ ਜਾਣ ਉੱਥੋਂ ਨਹੀਂ ਹਿਲਦੀਆਂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਬਾਈ ਆ ਤੂੰ ਹੀ ਰੋ ਰੂ ਮਾਰ ਕੇ ਉਹਨੂੰ ਕਹੇ ਵੀ ਚੱਲ ਮਾਂ ਚੱਲੀਏ ਆ ਜਾਂਦੇ ਕੋਈ ਗੱਲ ਨਹੀਂ ਆਹੋ ਕਰੇ ਹੋਣੇ ਇਹੜੇ ਵੀ ਵਿਚਾਰੇ ਨੇ ਪਾਣੀ ਪੂਣੀ ਲਾਉਣਾ ਕਣਕ ਨੂੰ ਬਾਕੀ ਤਾਂ ਭਾਈ ਸਾਡੇ ਤੋਂ ਛੋੜੇ ਤਾਂ ਪਸ਼ੂ ਵੀ ਰੱਖੇ ਹੋਏ ਸੀ ਦੋ ਮੱਝਾਂ ਪਸ਼ੂ ਤਾਂ ਵੇਚਤੇ ਸੀ ਆ ਵੀ ਅੱਛਾ ਕਣਕੋਂ ਫਿਰ ਮਾਸੀ ਸੁਰਖਰੂ ਹੋਈ ਬੈਠੀ ਆ ਤਾਂ ਹੀ ਤਾਂ ਬਿੱਲੀ ਬੈਠੀ ਐ ਇੱਥੇ ਹਾਂ ਚੱਲ ਭਾਈ ਤਾਂ ਤਾਂ ਆਪਦੀ ਕਣਕ ਸਮਾ ਲੈਣੀ ਹੋਣੀ ਹੋਰ ਸਪਰੇਅ ਸਪਰੂ ਕਰਨ ਵਾਲੀ ਪਈ ਐ ਪਾਣੀ ਤਾਂ ਮੈਂ ਲਾਇਆ ਆਇਆ ਸੀਗਾ ਚੱਲ ਭਾਈ ਤੈਨੂੰ ਪਤਾ ਤੂੰ ਤਾਂ ਮਾਸੀ ਹੈਗੀ ਐ ਭੈੜੀ ਉਹ ਜਾਊਗੀ ਤਾਂ ਬੜਿਆਕੀ ਉਹ ਬੜਿਆ ਕੇ ਲੈ ਜੀ ਕੋਈ ਨਹੀਂ ਬੜਿਆ ਨਾਲੇ ਭਾਈ ਮੇਰੀ ਗੱਲ ਸੁਣਾ ਆ ਮੇਰੀ ਗੱਲ ਨਾ ਕੋਈ ਦੱਸਦੀ ਮਾਸੀ ਨੂੰ ਵੀ ਭਾਗੀ ਮਾਣਾ ਭਾਬੀ ਮੈਂ ਤਾਂ ਕੀ ਦੱਸਣਾਗਾ ਆਹੋ ਤਾਂ ਮੇਰਾ ਖੜਾ ਮੂਹ ਨਹੀਂ ਛੱਡਦੀ ਹੈਗੀ ਗੜ ਪੈ ਜੂਗੀ ਮੇਰੇ ਓਏ ਇਹ ਤਾਂ ਆਪ ਵਿਚਾਰਾ ਬਚਾਲੇ ਫਸਿਆ ਹੋਇਆ ਇਹਦਾ ਦੱਸ ਕੇ ਹਟਾ ਖੇਤ ਕਹਿੰਦਾ ਭਰਾਵਾ ਪੁੱਛਣਾ ਬਸ ਹੁਣ ਕਣਕ ਨੂੰ ਤਾਂ ਸਪਰੇਅ ਕਰਨ ਵਾਲੀ ਪਈ ਆ ਕਹਿੰਦਾ ਆਪ ਇੱਥੇ ਬੈਠੀ ਐ ਮੋਏ ਨਾਲ ਹੋਰ ਮਾਸੀ ਤਾਂ ਆਏ ਆ ਨਾਲੇ ਮੈਨੂੰ ਲੱਗਦਾ ਇੱਕ ਸਰਦੀ ਜੂੰ ਤੱਕ ਨਹੀਂ ਦਿੰਦੀ ਆਹ ਸਪਰੇਅ ਸਫੂ ਕਰਨੋਂ ਪੈਸੇ ਦੇ ਦਿੰਦੀ ਆ ਭਾਈ ਤੈਨੂੰ ਮਾ ਨਾ ਪੈਸੇ ਤਾਂ ਕਿਹੜੇ ਦੇਣੇ ਆ। ਹੋਰ ਭੈੜੀ ਵਾਲੀ ਆ ਮਾਸੀ ਤੈਨੂੰ ਕੀ ਪਤਾ? ਉਹ ਭੈੜੀ ਤਾਂ ਹੈਗੀ ਆ ਪਰ ਇਹ ਤਾਂ ਹੁਣ ਆਰਟੀਆਂ ਉਪਟੀਆਂ ਦੇ ਤਾਂ ਪ ਜਾਂਦਾ ਇਹ। ਉਹ ਮਾਸੀ ਕਾੜੀ ਟੁਰੀ ਫਿਰਦੀ ਹਰੇਕ ਤੇ। ਹਾਂ ਆਪ ਤਾਂ ਚਲ ਮੈਂ ਕਰਦੀਆਂ ਨਾਲੇ ਤਾਂ ਭਾਈ ਸਾਨੂੰ ਚਾਹ ਦਿੰਨੀ ਆਂਗੀ ਮੈਂ ਬਣਾ ਕੇ ਤੇ ਨਾਲੇ ਮੈਂ ਮਾਸੀ ਵਾਸਤੇ ਸੇਵੀਆਂ ਮੰਗ ਲਿਆਵਾ ਭਾਈ ਹੋਰ ਕੀ ਆ? ਐ ਕਰ ਦੱਸੇ। ਹੂੰ ਇਹਦਾ ਬਣਾਉਂਦੀ ਏ ਤੇਰੀ ਭਾਬੀ ਚਾਹ। ਮੈਂ ਵੀ ਮੜਾ ਜਾ ਪਸ਼ੂਆਂ ਕਣੀ ਢੇੜਾ ਮਾਰਿਆ ਮਾ ਨੀਰਾ ਚਾਰਾ ਜਾ ਪਾਇਆ ਮਾ। ਹਾਂ ਹਾਂ ਤੂੰ ਪਾਣੀ ਕਰ ਆਰਾਮ ਬਹਿ ਜਾ ਇਨੇ ਕਲੀ ਭਾਬੀ ਚਾਹ ਬਣਾ ਰਹੀ। ਮਾ ਨਾ ਕੋਈ ਗੱਲ ਨਹੀਂ ਪਾਣੀ ਰਨੁਰ ਤਲੂ ਪੈ ਜਾ ਅਸੀਂ ਆਉਨੇ ਆ ਵਸ ਗੁਰਦੀ ਮੁੱਕ ਗਿਆ ਖੰਡ ਵੀ ਮੁੱਕ ਗਈ ਥੋੜਾ ਥੋੜਾ ਸੰਘਾ ਰਹਿ ਗਿਆ ਕਈ ਨਹੀਂ ਅੱਜ ਇਹਨੂੰ ਵੀ ਖੰਡ ਲਿਆ ਨਾਲੇ ਚਾਹ ਪੱਤੀ ਲਿਆ ਧਰ ਲਈ ਜਾ ਚਾਹ ਤਾਂ ਮੈਂ ਧਰਦੀ ਸੀ ਮੈਂ ਤਾਂ ਖੰਡਾ ਹੀ ਰਹਿ ਗਈ ਆਪਣੇ ਤਾਂ ਡੱਬੇ ਚ ਕਿਉਂ ਹੋਰ ਕੱਲ ਕਦੇ ਮਾਸੀ ਕੁਸਪਾ ਲਿਆ ਖਾਣ ਨੂੰ ਕਦੇ ਕੁਸ ਖਰਚੇ ਦਾ ਕਰਤਾ ਹੈਗੀ ਆ ਚਲ ਕੋਈ ਨਹੀਂ ਫਿਰ ਲਿਆ ਆਵਾਂਗੇ ਖੰਡ ਤਾਂ ਨਲੇ ਆਇਆ ਕਰੀ ਹੂੰ ਉਹ ਮਾਸੀ ਨੂੰ ਤਾਂ ਬਾਹਲਾ ਰਹਿ ਗਿਆ ਥਕੇ ਜੀ ਬੋਲਿਆ ਪਰ ਉਹ ਤੈਨੂੰ ਪਤਾ ਨਹੀਂ ਉਹਨੇ ਸਵਾਲ ਆ ਸਵਾਲ ਹੈ ਜਿਆ ਪਹਿਲੇ ਦਿਨੋਂ ਉਹ ਤਾਂ ਗਰਮ ਬੋਲਦੀ ਆ ਉਹ ਹਰੇਕ ਨੂੰ ਆਹੋ ਬੋਲਦੀ ਤਾਂ ਗਰਮ ਆ ਮੇਰੀ ਗੱਲ ਸੁਣਾ ਆਪਣਾ ਤਾਂ ਉਹਨੇ ਦਿਵਾਲਾ ਕੱਢ ਰੱਖਿਆ ਜਿੱਦੇ ਦੀ ਆਈ ਹੈਗੀ ਉਹ ਦਿਵਾਲਾ ਕਿਹੜਾ ਕੱਢਣਾ ਜਦੋਂ ਪਹਿਲਾਂ ਆਉਂਦੀ ਹੁੰਦੀ ਸੀ ਉਹ ਤਾਂ ਐਵੇਂ ਐਵੇਂ ਜੁੱਕਰੀ ਪਹਿਲਾਂ ਪਾਲਦੀ ਸੀ ਕਰੇ ਸੇਵੀਆਂ ਕਰੇ ਚਾਹਲ ਜੱਸਾ ਦੱਸਦਾ ਸੀ ਕਹਿੰਦਾ ਭਾਈ ਘਰੇ ਮੈਨੂੰ ਵੀ ਨਹੀਂ ਸਿੱਧਾ ਬੋਲਦੀ ਕਨਪੁੱਠਾ ਬੋਲਦੀ ਐ ਸਾਰਾ ਦਿਨ ਉਹ ਜੱਸਾ ਕੀ ਕਰੇ ਜੱਸਾ ਤਾਂ ਵਿਚਾਰਾ ਨਰਮਾ ਉਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਗਊ ਬੰਦਾ ਗਊ ਓਏ ਉਹੀ ਤਾਂ ਗੱਲ ਆ ਉਹ ਤਾਂ ਹਰ ਸਮਾਂ ਦੀ ਐਨੀ ਟੈਨਸ਼ਨ ਮੰਨੀ ਬੈਠਾ ਸੀ ਕਹਿੰਦਾ ਭਾਈ ਮੈਨੂੰ ਤਾਂ ਐ ਟੈਨਸ਼ਨ ਆ ਵੀ ਕੱਲ ਨੂੰ ਮੈਂ ਹੁਣ ਵਿਆਹ ਵੀ ਕਰਾਉਣਾ ਤੇ ਮੈਨੂੰ ਤਾਂ ਕਹਿੰਦਾ ਐ ਲੱਗਦਾ ਵੀ ਇਹਨੇ ਆ ਆਪਦੀ ਨੂਨ ਨਾਲ ਤਾਂ ਬਣਾਉ ਕੇ ਹੀ ਰੱਖਣੀ ਲੈ ਨੂਨ ਨਾਲ ਕੀ ਇਹ ਤਾਂ ਆਪਦੀ ਭੈਣ ਨੂੰ ਆਪਣੀ ਬੇਬੇ ਨੂੰ ਉਂਗਲੀਆਂ ਤੇ ਚਾੜੀ ਫਿਰਦੀ ਆ ਤੇ ਹੁਣ ਕਹਿੰਦੀ ਉਹਨੂੰ ਕਹਿੰਦੀ ਕੰਮ ਦਾ ਡੱਕਾ ਨਾ ਕਰੀ ਤੂੰ ਓ ਕੋਈ ਨਹੀਂ ਕੋਈ ਨਹੀਂ ਐ ਹੁਣ ਬੇਬੇ ਆਪਣੀ ਕਮਲੀ ਤਾਂ ਨਹੀਂ ਹੈਗੀ ਵੀ ਉਹਦੇ ਮਗਰ ਲੱਗ ਜੂ ਮਾਸੀ ਦੇ ਮੈਨੂੰ ਆਣੀ ਸਮਝ ਆਉਂਦੀ ਵੀ ਮਾਸੀ ਬਣ ਕਿਹੜੀ ਚਾਕ ਤੇ ਬੈਠੀ ਆ ਉਰੇ ਕੋਈ ਗੱਲ ਤਾਂ ਹੈਗੀ ਆ ਵਿੱਚੋਂ ਓਏ ਉਹਦਾ ਤਾਂ ਮੈਨੂੰ ਹੁਣ ਕੀ ਪਤਾ ਉਹ ਐਵੇਂ ਲੱਗਦਾ ਤੈਨੂੰ ਇਹ ਤਾਂ ਪਹਿਲਾਂ ਜਿ ਨੂੰ ਆਉਂਦੀ ਹੁੰਦੀ ਸੀ ਉਦੋਂ ਵੀ ਇੱਥੇ 10-10 ਦਿਨ ਬੈਠੀ ਰਹਿੰਦੀ ਸੀ ਆਹੋ 10-10 ਦਿਨ ਕਾਹਨੂੰ ਬੈਠੀ ਰਹਿੰਦੀ ਸੀ ਇਹ ਕੋਈ ਹੋਰ ਨਵਾਂ ਸੂਸਾ ਛੱਡ ਕੇ ਜਾਉਗੀ ਹੁਣ ਓਏ 15-15 ਦਿਨ ਇਹ ਨਾਨਕਿਆ ਤੂੰ ਨਹੀਂ ਹਿਲਦੀ ਉੱਥੇ ਵੀ ਬੈਠ ਰਹੀ ਦੀ ਐ ਨਾਨਕੇ ਤਾਂ ਹੁਣ ਮਾਮੀ ਭੈੜੀ ਆ ਅੱਗੇ ਮਾਮੀ ਨੂੰ ਮਾਮੇ ਦੀ ਨਾਲ ਉਹਦੇ ਨਾਲ ਨੂੰ ਨਾਲ ਲੜਾਤਾ ਮਾਮੇ ਦੀ ਨਾਲ ਉਹ ਗਲਤ ਆ ਉਹੀ ਐ ਇਹਦਾ ਸੁਭਾਅ ਹੀ ਐ ਪਹਿਲੇ ਦਿਨ ਹੀ ਇਹਦਾ ਸੁਭਾਅ ਉਹ ਤਾਂ ਸਾਰੇ ਇਹਨੇ ਅੱਡੋ-ਪਾਠੀ ਕਰਤੇ ਮਾਮੇ ਕੇ ਤਾਂ ਮੂਹਾਂ ਮਾਮੇ ਨਹੀਂ ਅੱਡ ਕਰਾਤੀਆਂ ਚੱਲ ਕੋਈ ਨਹੀਂ ਮਰੀ ਜਾਣ ਦੇ ਐਪੇ ਜਿਵੇਂ ਕਰੀ ਜਾਂਦੀ ਆ ਆ ਮੈਂ ਲੈ ਆ ਕੇ ਦੇਮ ਕੱਲ ਨੂੰ ਖੰਡ-ਫੁੰਡ ਜੀ ਤੇ ਅੱਜ ਰਾਤ ਡੰਡਾ ਗਲਾਲਾ ਆਹੋ ਉਹ ਤਾਂ ਐ ਵੀ ਕਹਿੰਦੀ ਸੀ ਆਥ ਨੇ ਕਹਿੰਦੀ ਹੁਣ ਤਾਂ ਚੱਲ ਮੈਂ ਸੇਵੀਆਂ ਖਾ ਲੂੰਗੀ ਆਥ ਨੇ ਆ ਕਾਜੂ ਗਰਾਮ ਪਾ ਕੇ ਤੇ ਦਾਖਾਂ ਪਾ ਕੇ ਤੇ ਖੋਪਾ ਪਾ ਕੇ ਪ੍ਰਸ਼ਾਦ ਬਣਾ ਦੇ ਮੈਨੂੰ ਉਹ ਆਹੋ ਉਹ ਵੀ ਲੈ ਇੰਚਾਂਗਾ ਉਹ ਹੱਥ ਨੇ ਕਿਹੜਾ ਹੋ ਰਹੂਗੀ ਉਹਦਾ ਵਿਚਾਰਾ ਕਾਹਲ ਕਰੀ ਜਾਂਦਾ ਜੱਸਾ ਦਾ ਕਹਿੰਦਾ ਗਾਹਾਂ ਬਈ ਸਪਰੇਅ ਕਰਨ ਵਾਲੀ ਪਈ ਆ ਕਣਕ ਖਰਾਬ ਹੋਈ ਜਾਂਦੀ ਹੈ ਮੇਰਾ ਨਾਂ ਬਦਲਦੀ ਜੇ 마ਸੀ ਬਾਗੀ ਐ ਇਥੋਂ ਚੱਲ ਦੇਖਦੇ ਆ ਕੋਈ ਗੱਲ ਨਹੀਂ ਜਾਂਦੀ ਆ ਚੱਲ ਚੰਗਾ ਤੂੰ ਚਾਹ ਬਣਾ ਤੇ ਮੈਂ ਪਸ਼ੂਆਂ ਕਣੀ ਜਿਹੜਾ ਮਾਰ ਕੇ ਆਉਣਾ ਤੇ ਫਿਰ ਉੱਧਰ ਵਿਚਾਰਾ ਬੈਠਾ ਉੱਥੇ ਦੀ ਕੀ ਨਾ ਦੱਸਾਂ ਆਹੋ ਓਕੇ 마ਸੀ ਜਾਊਗੀ ਮੈਨੂੰ ਤਾਂ ਲੱਗਦਾ 마ਸੀ ਤਾਂ ਨੇੜੇ ਤੇੜੇ ਵੀ ਨਹੀਂ ਜਾਣਦੇ ਇੱਥੋਂ ਜਾਂਦੀ ਆ ਉਹ ਤਾਂ ਹਲੇ ਐ ਕਹੀਂ ਜਾਂਦੀ ਸੀ ਭਣੇ ਤੇਰੇ ਕੋਲੇ ਕੋਈ ਸੂਟ ਨਹੀਂ ਪਿਆ ਨਿੱਕੀ ਨਿੱਕੀ ਬੂਟੀ ਦਾ ਮੈਂ ਸਮਾਲ ਆਣੀ ਆ ਆਹੋ ਇੱਤੀ ਬੈ ਜਾ ਘਰ ਤੋਂ ਮੁੜ ਕੇ ਦੇਖਣਾ ਨਹੀਂ ਜਾ ਕੇ ਇੱਕਦਮ ਮੌਸਮ ਜਿਹਾ ਹੋ ਰਿਹਾ ਠੰਢੀ ਲੱਗੀ ਜਾਂਦੀ ਯਾਰ ਧੁੱਪੇ ਮੰਜਾੜਾਈਏ ਉੱਠੀਏ ਆ ਜਾ ਨਹੀਂ ਪੜੇ ਭਾਈ ਤਾਂ ਤੇ ਨੂੰ ਆਇਆ ਨਹੀਂ ਆ ਜਿਹੜੀ ਉਹ ਉਹਨਾਂ ਦੀ ਬਹੂ ਸੇ ਫਾਤੀ ਜੀ ਹਾਂ ਉਹ ਤਾਂ ਮੈਨੂੰ ਸ਼ਿਹਾਰੀ ਵਾਲੀ ਲੱਗਦੀ ਹੈਗੀ ਅੱਛਾ ਹਾਂ ਤੈਨੂੰ ਕਿਵੇਂ ਲੱਗੀ ਉਹ ਮੈਨੂੰ ਸ਼ਰਪਣੀ ਆਏ ਲੱਗੀ ਮੈਨੂੰ ਗੱਲਾਂ ਫੜ ਗਈ ਜਦੋਂ ਆਏ ਨੂੰ ਉਹ ਕਹੀ ਜਾਂਦੀ ਸੀਗੀ ਜਲਕੁਰ ਨੂੰ ਕਹਿੰਦੀ ਕਿ ਮੈਂ ਤਾਂ ਕਿਉ ਜੋੜੀ ਬੈਠੀ ਆਂਗੀ ਮੈਂ ਤਾਂ ਇੰਨਾ ਕੁ ਦੁੱਧ ਚਾਹ ਚ ਪਾਉਣੀ ਆ ਮੈਂ ਤਾਂ ਐ ਕਰਦੀ ਆ ਮੈਂ ਤਾਂ ਉਹਦੀ ਗੱਲ ਉਹਦੀ ਫੜ ਗਈ ਸੀਗੀ ਅੱਛਾ ਹਾਂ ਮੈਂ ਆਖੇ ਤਾਂ ਪੇਕਿਆਂ ਨੂੰ ਚ ਕਾਉਂਦੀ ਹੋਊ ਕਿਉ ਜੋੜ ਜੋੜ ਨਹੀਂ ਤੈਨੂੰ ਕੋਈ ਲੋੜ ਛਾਏ ਆਖਣ ਦੀ ਲਾ ਮੈਂ ਤਾਂ ਜਲਕੁਰ ਨੂੰ ਕਹਤਾ ਸਮਹ ਦੀ ਨਿਗਰ ਰੱਖਿਆ ਕਰ ਕਿਸੇ ਦੇ ਕਰੀ ਜਾ ਕੇ ਤੇ ਗੁੱਝੀ ਰਹਿ ਜਾ ਕਰ ਗੁੱਝੀ ਰਹਿਣ ਵਾਲੀ ਕਿਹੜੀ ਗੱਲ ਆ ਕਿ ਮੈਂ ਤਾਂ ਫਿਰ ਸੱਚੀ ਗੱਲ ਤਾਂ ਕਹੀ ਜਾਂਦੀ ਭੈਣੇ ਨੀ ਬਸ ਕਰ ਬਸ ਕਰ ਲਾ ਤੂੰ ਹੀ ਆਵੇਂ ਜੇ ਕਰਨ ਲੱਗ ਜਾਨੀ ਮੈਂ ਮੈਂ ਜੇ ਮੈਥੋਂ ਨਹੀਂ ਹੁੰਦੀ ਐ ਮੇਰੀ ਗੱਲ ਸਾਨੂੰ ਉਹਨਾਂ ਨੇ ਕਰੇ ਕੋਈ ਲੜਾਈ ਪੈਗੀ ਤਾ ਲੰਬਾ ਮੈਨੂੰ ਦੇਖ ਜਾਊਗੀ ਆਪੇ ਦੇਖੇਗੀ ਜਿਆ ਦੇ ਜਾ ਬਲੰਬਾ ਮੈਂ ਨਹੀਂ ਡਰਦੀ ਦੁਰਦੀ ਤੂੰ ਹੀ ਕਰਦੀ ਆਂਗੀ ਮਾਤਾ ਜੀ ਦੇ ਕਿਤੇ ਜਾਨੀ ਐ ਨਾ ਮਤ ਫਿਰ ਅੱਗ ਸਿੱਟੀ ਆਉਣੀ ਹੁੰਦੀ ਸੱਚੀ ਗੱਲ ਬਸ ਮੇਰੇ ਅੱਗ ਸਿੱਟਣ ਵਾਲੀ ਗੱਲ ਹੀ ਐ ਤੂੰ ਤਾਂ ਸਿੱਟੇ ਹੀ ਪਤੰਗਾ ਲਾ ਆਪੇ ਦੇਖੀ ਜਾਊਗੀ ਕੋਈ ਨਹੀਂ ਲੰਬਾ ਲੰਬੇ ਸਾਨੂੰ ਘਰੇ ਆਈ ਜਾਣਗੇ ਇੱਕਾਰੇ ਮੈਨੂੰ ਅੱਖ ਜਾਣਗੇ ਮੰਗਾ ਤੇਨੂੰ ਵੀ ਤੇਰੀ ਭੈਣ ਉੱਥੇ ਅੱਗ ਸਿੱਟਾਈ ਉਹਨਾਂ ਦੇ ਅੱਖੀ ਜਾਵੇ ਤੇਰੀ ਨੋ ਮੁੰਡਾ ਮੈਂ ਤਾਂ ਇਹਨਾਂ ਤੋਂ ਵੀ ਨਹੀਂ ਡਰਦੀ ਡੁੱਰਦੀ ਨਹੀਂ ਪਾਣੇ ਮੈਨੂੰ ਤਾਂ ਲੱਗਦਾ ਕਿ ਜਿਵੇਂ ਜਸਤਿਆਰ ਜਿਹਾ ਬੈਠਾ ਹੁੰਦਾ ਹਨਾ ਉਹੀ ਪੈ ਗਿਆ ਹੋਣਾ ਨਾ ਤੋਕੇ ਨਾ ਤੋਕੇ ਪੁੱਛ ਨਹੀਂ ਇਹਨੂੰ ਵੀ ਕਿਵੇਂ ਪਿਆ ਓਹੋ ਨਹੀਂ ਪਾਣੇ ਓਹੋ ਨਹੀਂ ਮੈਂ ਤਾਂ ਖਣੀ ਕਹੇ ਜੀ ਚਾਹ ਪਿਆ ਤੇ ਉਹ ਬਾਈ ਚਲਾ ਨੇ ਜਿਵੇਂ ਤਿਆਰ ਹੋਵੇ ਤੂੰ ਜਾਣ ਨੂੰ हां बेबे जाना ਸੀ ਮੈਂ ਮਾਂ ਨੂੰੜੀ ਕੀ ਜਾਂਦਾ ਸੀ ਕਿੱਧਰ ਗਈ ਸੀ ਤੁਸੀਂ ਅੱਛਾ ਇੱਥੇ ਗਵਾਂਡੀਆਂ ਦੇ ਘਰੇ ਵਾਗੇ ਸੀ ਅੱਛਾ ਹਾਂ ਕੀ ਹੋ ਗਿਆ ਬੇਬੇ ਵੇ ਪੁੱਤ ਮੇਰੇ ਤਾਂ ਨਾ ਦਰਦ ਜਾਂ ਹੋਣ ਲੱਗਾ ਪਤਾ ਨਹੀਂ ਉਹਨਾਂ ਨੇ ਮੈਨੂੰ ਤਾਂ ਕਹੇ ਜੀ ਬੈਤਲਾ ਨੇ ਚਾਹ ਪਿਆਤੀ ਹੋਂ ਤਾਂ ਸਹੀ ਤਰੀ ਉਂਦੀ ਸੀ ਵਧੀਆ ਸਹੀ ਕੀ ਇੱਥੇ ਜਾ ਕੇ ਮੈਨੂੰ ਤਾਂ ਦਰਦ ਜਾਂ ਹੋਣ ਲੱਗਾ ਭਾਈ ਅੱਛਾ ਤੂੰ ਘਰੇ ਵਾਜਦੀ ਨਾ ਜਾਂਦੀ ਕਿਸੇ ਪਾਸੇ ਮਾਤੇ ਹੀ ਮਸੀਨ ਬੱਗ ਮਖਾ ਚਾਲ ਉੱਥੇ ਚਾਰ ਗੱਲਾਂ ਮਾਰਿਆ ਵਾਂਗਾ ਮਖ ਨਾਲੇ ਸੱਦਨ ਆਈ ਸੀ ਉਹ ਕੁੜੀ ਨਾਲੇ ਤੇ ਮੈਂ ਤੁਰੀ ਗਈ ਭਾਈ ਅੱਛਾ ਤੇ ਹੁਣ ਉਹਨਾਂ ਨੇ ਪਤਾ ਨਹੀਂ ਉਹ ਕਿਵੇਂ ਜੇ ਬਸ ਚਾਚੂ ਜੀ ਮੈਂ ਤਾਂ ਵਧਗਾ ਨਹੀਂ ਲੱਗੀ ਉਹਨਾਂ ਦੀ ਤੇ ਮੈਂ ਤਾਂ ਦਰਦੀਆਂ ਹੋਣ ਲੱਗਾ ਭਾਈ ਉਹਨਾਂ ਨੇ ਆਹ ਬਾਹਰ ਪਾਤਾ ਹੋ ਗਏ ਤੇ ਮਸਾਲਾ ਲਾ ਚਾਰ ਪਤਾ ਨਹੀਂ ਭੈਣ ਮੈਂ ਤਾਂ ਕੋਈ ਗੋਲੀ ਲੈ ਕੇ ਦੇ ਦਿੰਦੀ ਗੋਲੀ ਢਾਕੇ ਦੀ ਨਹੀਂ ਆ ਗਈ ਹੋਰ ਗੋਲੀ ਲਿਆ ਹੋਰ ਤੁਸੀਂ ਕਰੋ ਗੱਲਾਂ ਮਾਤੇ ਨੂੰ ਆਇਂਦੀ ਸੀ ਪੁੱਤ ਜਿੱਸੇ ਤੂੰ ਕਿਵੇਂ ਬਾਹਰ ਮੰਜਾ ਕੱਢ ਕੇ ਬਹਿ ਗਿਆ ਉਹ ਅੰਦਰ ਛਾਂ ਜੀ ਠੰਡ ਜੀ ਲੱਗਦੀ ਮਾਂ ਚੱਲ ਧੁੱਪੇ ਬਾਹਰ ਜਾਣਾਗਾ ਨਾਲ ਮਾਂ ਇਹਨੇ ਬੇਬੇ ਆ ਜੂਗੀ ਫਿਰ ਚੱਲਦੇ ਆ ਪਿੰਡ ਨੂੰ ਅੱਛਾ ਪਿੰਡ ਨੂੰ ਜਾਂਦੀ ਸੀ ਕਿੰਮ ਬਣਾਏ ਬੈਠਾ ਤੂੰ ਤੇ ਹੋਰ ਕੰਮ ਧੰਦੇ ਪਏ ਆਗੇ ਸਪਰੇਅ ਕਰਨ ਵਾਲੀ ਪਈ ਆ ਨਾਲੇ ਆਪਣੀ ਉਹਨਾਂ ਨਾਲ ਵੀੜੀ ਆ ਹਰਦੀਪ ਕੇਨਾ ਉਧਰ ਵੀ ਕੰਮ ਧੰਦਾ ਫਿਰ ਸਾਰੀ ਪਿਆਗਾ ਆਪਣਾ ਨਾ ਨਾ ਪੁੱਤ ਮੈਂ ਇਥੋਂ ਕਿੱਥੇ ਜਾਇਆ ਜਾਂਦਾਗਾ ਮੇਰੇ ਤਾਂ ਸਿਹਤ ਖਰਾਬ ਹੋਈ ਪਈ ਹੈਗੀ ਮੈਂ ਇਥੋਂ ਨਹੀਂ ਜਾ ਜੂਆ ਜਾਂਦਾ ਫਿਰ ਆਪਾਂ ਪਿੰਡ ਵਾਲੇ ਡਾਕਟਰ ਤੋਂ ਜਾ ਕੇ ਕੋਈ ਟੀਕਾ ਗੋਲੀ ਦਵਾ ਲਾਂਗੇ ਨਾ ਭਾਈ ਮੈਂ ਇਥੋਂ ਨਹੀਂ ਜਾ ਜਾਂਦਾ ਮੈਂ ਤਾਂ ਇੱਥੇ ਰਹੂਗੀ ਹਜੇ 2 ਦਿਨ ਫਰ ਕੰਮ ਧੰਦੇ ਸਾਰੇ ਪਏ ਆ ਬੇਬੇ ਤੇਰੇ ਤਾਂ ਉਹੀ ਗੱਲ ਕੋਈ ਨਹੀਂ ਭਾਈ ਕਰ ਲਾਂਗੇ ਕੰਮ ਧੰਦੇ ਕਿਹੜਾ ਕਿੱ데 ਭਜਦੇ ਆਗੇ ਕੋਈ ਨਹੀਂ ਜਾ ਕੇ ਕਰ ਲਈ ਦੋ ਦਿਨ ਠਹਿਰ ਕੇ ਕੋਈ ਨਹੀਂ ਕੁਛ ਨਹੀਂ ਹੁੰਦਾਗਾ ਉਹ ਦੋ ਦਿਨ ਤਾਂ ਹੋ ਗਏ ਬੈਠਿਆਂ ਨੂੰ ਸੰਗ ਆਉਂਦੀ ਐ ਇੱਥੇ ਬੈਠਿਆਂ ਨੂੰ ਵੀ ਲੈ ਸੰਗ ਕਾਦੀ ਤੇਰੇ ਮਾਸੀ ਦਾ ਘਰ ਆਗਾ ਤੈਨੂੰ ਕਾਦੀ ਸੰਗ ਜਿਹੜਾ ਮੈਨੂੰ ਨਹੀਂ ਆਉਂਦੀ ਉਹ ਮਾਸੀ ਦਾ ਘਰ ਤਾਂ ਹੈ ਫਿਰ ਹੁਣ ਕਰ ਵੀ ਆਪਣਾ ਸੁਨਣਾ ਪਿਆਗਾ ਕੋਈ ਨਹੀਂ ਕਿਧਰੇ ਨਹੀਂ ਕਰ ਭਜਦਾਗਾ ਤੂੰ ਚੁੱਪ ਕਰਕੇ ਮੌਜਨਾ ਇੱਥੇ ਵਦਗਾ ਖਾਣ ਪੀਣ ਨੂੰ ਆਪਾਂ ਨੂੰ ਮਿਲ ਜਾਂਦਾ ਵਦਗਾ ਚਾਹ ਪਾਣੀ ਮਿਲ ਜਾਂਦਾ ਮੌਜਨਾ ਬੈਠਾ ਖਾਈ ਜਾ ਤੈਨੂੰ ਕੀ ਹੁੰਦਾਗਾ ਉਹ ਬੇਬੇ ਫ੍ਰੀਜ਼ ਦੇ ਖਾਣੇ ਦਾ ਇਹਨਾਂ ਲਾਲਚ ਨਹੀਂ ਕਰੀਦਾ ਹੁੰਦਾ। ਕਈ ਵਾਰੀ ਮਹਿੰਗਾ ਪੈ ਜਾਂਦਾ। ਨਾਲੇ ਮੈਨੂੰ ਤਾਂ ਭਾਬੀ ਤੋਂ ਸੰਗ ਆਉਂਦੀ ਐ, ਤੈਨੂੰ ਪਤਾ ਨਹੀਂ ਕਿਉਂ ਨਹੀਂ ਆਉਂਦੀ। ਆਉਂਦੀ ਐ ਤੈਨੂੰ ਸੰਗ। ਬੱਚਾ ਭਾਬੀ ਦੀ ਸੰਗ ਦਾ। ਸੰਗ ਸੰਗ ਕੋਈ ਨਹੀਂ ਮੰਨੀਦੀ ਹੁੰਦੀਗੀ ਜਦੋਂ ਫ੍ਰੀ ਦਾ ਮਿਲੀ ਜਾਵੇ। ਉਹ ਇੱਥੇ ਤੈਨੂੰ ਬੇਲੀ ਨੂੰ ਮਿਲੀ ਜਾਂਦਾਗਾ, ਉੱਥੇ ਤੈਨੂੰ ਆਪ ਕਰਕੇ ਖਾਣਾ ਪੈਂਦਾਗਾ। ਤੂੰ ਤਾਂ ਬੈਠਣੀ ਐ ਇੱਥੇ। ਜੇ ਪੁੱਤ ਤੂੰ ਇੰਨਾ ਹੀ ਸਮਝੀ ਬੈਠਾਂਗਾ, ਫੇਰ ਤੂੰ ਬੈਠਾ ਰਹਿ ਚੁੱਪ ਕਰਕੇ। ਮੈਂ ਤਾਂ ਬੈਠਾਂਗਾ। ਉਹ ਬੇਲਿਆਂ ਨੂੰ ਰੋਜ਼ ਨਹੀਂ ਕੋਈ ਖਵਾਉਂਦਾ। ਖਵਾਉਂਦਾ ਕਹਤਾਂ ਨਹੀਂ ਕੋਇ ਉਹ ਤਾਂ ਹੁਣ ਤਿੰਨ ਦਿਨ ਤਾਂ ਹੋ ਗਏ ਬੈਠੇ ਨੂੰ ਹੁਣ ਕਹੇ ਕਿ ਦਿਨ ਖਵਾ ਦੇਣਗੇ ਦੋ ਦਿਨ ਹੋਰ ਖਵਾ ਦੇਣਗੇ ਚੱਲ ਦੇਖਨੇ ਆ ਫੇਰ ਆਪਾਂ ਉਹ ਬੇਬੇ ਬੇਲੇਖਾਨ ਦੇ ਚੱਕਰ ਚ ਨਾ ਤੂੰ ਆਪਦੇ ਤਾਂ ਹਾਰ ਪਵਾਉਣੀ ਪਵਾਣਾ ਮੈਨੂੰ ਲੱਗਦਾ ਐ ਕਿ ਤੂੰ ਮੇਰੇ ਵੀ ਪਵਾ ਕੇ ਲ ਜਾਏਂਗੀ ਉਹ ਤੂੰ ਕਿਹੜੇ ਹਾਰਾਂ ਦੀ ਗੱਲ ਕਰਦਾਂਗਾ ਤੂੰ ਅੱਗੇ ਅੱਗੇ ਦੇਖੀ ਚੱਲ ਅੱਗੇ ਬਣਦਾ ਕੀ ਆ ਚੱਲ ਬੇਬੇ ਤੂੰ ਨੀ ਕਿਸੇ ਦੀ ਗੱਲ ਸੁਣਦੀ ਤੂੰ ਤਾਂ ਆਪਦੀ ਮਰਜ਼ੀ ਕਰਨੀ ਆ ਹਾਂਜੀ ਦੋਸਤੋ ਸਾਸਰੀ ਕਾਲਜੀ ਸਾਰਿਆਂ ਨੂੰ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਜੀ ਤੁਸੀਂ ਵੀਡੀਓ ਨੂੰ ਲਾਈਕ ਬਹੁਤ ਘੱਟ ਕਰਦੇ ਹੋ ਅਸੀਂ ਬਹੁਤ ਮਿਹਨਤ ਕਰਦੇ ਆ ਬਹੁਤ ਮਿਹਨਤ ਨਾਲ ਵੀਡੀਓ ਬਣਦੀ ਆ ਜਦੋਂ ਤੁਸੀਂ ਲਾਈਕ ਨਹੀਂ ਕਰਦੇ ਜੀ ਫਿਰ ਸਾਡਾ ਹੌਸਲਾ ਟੁੱਟ ਜਾਂਦਾ ਪਲੀਜ਼ ਬੇਨਤੀ ਆ ਲਾਈਕ ਵੱਧ ਤੋਂ ਵੱਧ ਕਰਿਆ ਕਰੋ ਜੀ ਨਾਲੇ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਨਾਲੇ ਸਾਨੂੰ ਕਮੈਂਟ ਕਰਿਆ ਕਰੋ ਜ਼ਰੂਰ ਵੀ ਵੀਡੀਓ ਕਿਵੇਂ ਲੱਗੀ ਨਾਲੇ ਤੁਸੀਂ ਸਾਨੂੰ ਇਹ ਵੀ ਦੱਸਿਆ ਕਰੋ ਜੀ ਅਸੀਂ ਕਹਿੋ ਜੀਆਂ ਵੀਡੀਓ ਲੈ ਕੇ ਆਇਆ ਕਰੀਏ ਕਹਿੋ ਜੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਸਟੋਰੀਆਂ ਵੀ ਦੱਸ ਸਕਦੇ ਹੋ ਵੀ ਇਹ ਇਹ ਜੀਆਂ ਬਣਾਇਆ ਕਰੋ ਤੇ ਅਸੀਂ ਉਹੋ ਜਿਹੀਆਂ ਸਟੋਰੀਆਂ ਤੁਹਾਡੇ ਲਈ ਹਾਜ਼ਰ ਕਰਿਆ ਕਰਾਂਗੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ